ਜਸ ਟੀਵੀ ਦੇਖ ਰਹੇ ਤੁਸੀਂ, ਮੈਂ ਕੇਪੀ ਸਿੰਘ ਤੁਹਾਡਾ ਸਵਾਗਤ ਕਰਦਾ। ਜਮਹੂਰੀਅਤ ਦੀ ਜੰਗ ਹੈ ਜਿਹੜੀ ਉਹ ਛਿੜ ਚੁੱਕੀ ਹੈਗੀ ਹੈ। ਤਿੰਨ ਦੌਰ ਦੀਆਂ ਚੋਣਾਂ ਹੋ ਚੁੱਕੀਆਂ ਅਤੇ ਅਗਲੀਆਂ ਚੋਣਾਂ ਵਾਸਤੇ ਇੰਤਜ਼ਾਰ ਕੀਤਾ ਜਾ ਰਿਹਾ, ਪ੍ਰਚਾਰ ਕੀਤਾ ਜਾ ਰਿਹਾ। ਅਤੇ ਇਸ ਪ੍ਰਚਾਰ ਦੇ ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਾਰਾਣਸੀ 'ਚ ਪਰਚਾ ਭਰਦੇ ਆ, ਉਸ ਤੋਂ ਪਹਿਲਾਂ ਇੱਕ ਰੈਲੀ ਵੀ ਕਰਦੇ ਆ ਅਤੇ ਰੋਡ ਸ਼ੋਅ ਵੀ ਹੁੰਦਾ। ਅਤੇ ਇਸ ਰੋਡ ਸ਼ੋਅ ਰੈਲੀ ਦੇ ਦੌਰਾਨ ਸੰਬੋਧਨ ਜਿਹੜਾ ਕੀਤਾ ਜਾਂਦਾ, ਸੰਬੋਧਨ ਦੇ ਵਿੱਚ ਗੱਲ ਜਮਹੂਰੀਅਤ ਦੀ ਕੀਤੀ ਜਾਂਦੀ ਹੈ, ਲੋਕਤੰਤਰ ਦੀ ਗੱਲ ਕੀਤੀ ਜਾਂਦੀ ਹੈ ਕਿ ਉਹਨਾਂ ਦੀ ਕੋਸ਼ਿਸ਼ ਹੈਗੀ ਹੈ ਕਿ ਜਮਹੂਰੀਅਤ ਜਿੱਤਣੀ ਚਾਹੀਦੀ ਹੈਗੀ ਹੈ। ਅਸੀਂ ਇੱਕੋ ਸਵਾਲ ਪੁੱਛਾਂਗੇ, 5 ਸਾਲ ਬਾਅਦ ਪ੍ਰਧਾਨ ਮੰਤਰੀ ਦਾ ਬਿਆਨ ਕੀ ਕਹਿੰਦਾ, ਕਿਵੇਂ ਜਿੱਤੇਗੀ ਜਮਹੂਰੀਅਤ? ਮੈਨੂੰ ਇੰਟਰਸਟ ਹੈ ਲੋਕਤੰਤਰ ਜਿੱਤਣਾ ਚਾਹੀਦਾ। ਜਮਹੂਰੀਅਤ 'ਤੇ ਸਿਆਸਤ ਹੋ ਰਹੀ ਹੈ ਅਤੇ ਇਸ ਸਿਆਸਤ ਦੇ ਵਿਚਾਲੇ ਜਿਸ 'ਤੇ ਬਹਿਸ ਕਰਨੀ ਉਹ ਤੁਹਾਨੂੰ ਦੱਸਦੀ ਹੈ। ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਨਾਮ ਸਦਕੀ ਭਰਨ ਮੌਕੇ ਵੱਡਾ ਬਿਆਨ ਸਾਹਮਣੇ ਆਉਂਦਾ। ਮੋਦੀ ਸਭ ਤੋਂ ਵੱਡੇ ਫਰਕ ਨਾਲ ਜਿੱਤੇ ਜਾਂ ਨਾ ਜਿੱਤੇ, ਜਮਹੂਰੀਅਤ ਜਿੱਤਣੀ ਚਾਹੀਦੀ ਹੈ, ਪ੍ਰਧਾਨ ਮੰਤਰੀ ਕਹਿ ਰਹੇ ਆ। ਪ੍ਰਧਾਨ ਮੰਤਰੀ ਨਾਮਜ਼ਦਗੀ ਵੇਲੇ NTA ਦੇ ਭਾਈਵਾਲ ਵੀ ਮੌਜੂਦ ਰਹੇ ਅਤੇ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਮੁੱਖ ਮੰਤਰੀ ਪੰਜਾਬ, ਉਹਨਾਂ ਦੇ ਪੈਰੀ ਹੱਥ ਲਗਾ ਕੇ ਮੋਦੀ ਨੇ ਪਰਚਾ ਦਾਖਲ ਕੀਤਾ। ਇੱਕ ਅੱਛਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਅਸੀਂ ਦਿਲ ਜਿੱਤਣ ਆਏ ਹਾਂ, ਦਲ ਆਪਣੇ ਆਪ ਜਿੱਤ ਜਾਵੇਗਾ, ਇਹ ਪ੍ਰਧਾਨ ਮੰਤਰੀ ਸਾਹਿਬ ਕਹਿ ਰਹੇ ਆ। ਪ੍ਰਧਾਨ ਮੰਤਰੀ ਸਾਹਿਬ ਕਹਿ ਕੀ ਰਿਹਾ ਪਹਿਲਾਂ ਸੁਣ ਲਈਏ। ਹਮੇ ਕੁਝ ਰਿਕਾਰਡ ਤੋੜਨੇ, मोदी सबसे ज्यादा वोट से जीते या न जीते ये रिकॉर्ड का मुद्दा है ही नहीं। दुनिया पूछेगी नहीं, यार तुम तो प्रधानमंत्री हो, तुम जीत के आए उसमें क्या है, वो बेमतलब है। और मुझे भी उसमें इंटरेस्ट नहीं है, मुझे इंटरेस्ट है लोकतंत्र जीतना चाहिए। किस पार्टी से कौन उम्मीदवार है, ये है वो नहीं है, फलाना नहीं है, दिखना नहीं है, वो लंबा है, वो काला है, वो गोरा है, वो टेढ़ा है, वो मेढ़ा है, कृपा करके ऐसी चर्चा मत करें, बिल्कुल मत करें। हर उम्मीदवार सम्माननीय है, हर उम्मीदवार आदरणीय है, वो भी लोकतंत्र को मजबूत बनाने के लिए मैदान में आया है, वो हमारा दुश्मन नहीं है, दुश्मन नहीं है। सवाल एक और पूछांगे, बड़ा सवाल असीं यह पूछांगे, इस डिबेट दे विच जमहूरीयत नूं जिउंदा रखण लई सियासत ने पिछले 5 साल विच कीता की हैगा, इस सवाल ते असीं बहस करांगे। खास पैनल साडा मौजूद हैगा, उन्हां दा तारुफ करा रहे हैं। ਹਰਜੀਤ ਸਿੰਘ ਭੁੱਲਰ ਭਾਰਤੀ ਜਨਤਾ ਪਾਰਟੀ ਦੇ ਬੁਲਾ ਰਿਹਾ, ਭੁੱਲਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਰਣਜੀਤਾ ਮਹਿਤਾ ਕਾਂਗਰਸ ਦੇ ਬੁਲਾ ਰਿਹਾ, ਰਣਜੀਤਾ ਮਹਿਤਾ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਬੁਲਾ ਰਿਹਾ, ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਰਾਜੂ ਵਿਲੀਅਮ ਸੀ ਨੇ ਪੱਤਰਕਾਰ ਦਹਾਕਿਆਂ ਦਾ ਨਾਂ ਤਜਰਬਾ ਹੈਗਾ, ਰਾਜੂ ਵਿਲੀਅਮ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਸਵਾਲ ਹਰਜੀਤ ਭੁੱਲਰ ਸਾਹਿਬ, 5 ਸਾਲ ਬਾਅਦ ਲੋਕਤੰਤਰ ਯਾਦ ਆ ਗਈ, ਜਮਹੂਰੀਅਤ ਯਾਦ ਆ ਗਈ, ਕੀ ਗੱਲ ਹੋ ਗਈ? 3 ਦੌਰ ਤੋਂ ਬਾਅਦ ਡਰ ਲੱਗਦਾ ਪਿਆ? ਨਹੀਂ, ਤੁਸੀਂ ਇਹ ਦੇਖੋ ਵੀ ਇਹ ਕੋਈ ਅੱਜ ਜਾ ਥੋੜ੍ਹਾ ਹੀ, ਜਮਹੂਰੀਅਤ ਹੈਗੀ ਹੈ, ਲੋਕਤੰਤਰ ਹੈਗਾ, ਤਾਂ ਹੀ ਇਲੈਕਸ਼ਨਾਂ ਹੋ ਰਹੀਆਂ। ਲੇਕਿਨ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਅਗਰ ਇਹ ਗੱਲ ਕਹੀ ਹੈ ਕਿ ਤੁਸੀਂ ਕਿਸੇ ਦੀ ਜਾਤ ਬਾਰੇ, ਕਿਸੇ ਦੇ ਧਰਮ ਬਾਰੇ ਜਾਂ ਕਿਸੇ ਦੇ ਰੰਗ ਰੂਪ ਬਾਰੇ ਗੱਲ ਕਰਕੇ ਇਲੈਕਸ਼ਨ ਨਾ ਆਪਣੀ ਵੋਟ ਪਾਓ, ਇਲੈਕਸ਼ਨ ਦੇ ਵਿੱਚ ਲੋਕਤੰਤਰ ਦਾ ਜਿਹੜੀ ਹੈਗੀ ਹੈ ਉਹਦੇ ਉੱਤੇ ਵੋਟ ਪਾਓ, ਸਾਰਿਆਂ ਨੂੰ ਸਨਮਾਨ ਦਿਓ। ਤੁਸੀਂ ਸਾਡੇ ਤੇ ਸਵਾਲ ਉੱਠਦਾ ਹੈ ਕਿ ਲੋਕਤੰਤਰ ਦਾ ਕਾਨ ਕਰ ਰਹੇ ਹੋ ਤੁਸੀਂ, ਤੁਹਾਡੇ ਵਿਰੋਧੀ ਇਹ ਸਵਾਲ ਚੁੱਕਦੇ ਆ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਅੱਜ 5 ਸਾਲ ਬਾਅਦ ਇਹ ਬਿਆਨ ਦਿੱਤਾ, ਉਸ ਦਾ ਮਤਲਬ ਹੈ ਕੀ? ਦੇਖੋ, ਵਿਰੋਧੀਆਂ ਨੇ ਤੇ ਪਾਣੀ 'ਚ ਮਧਾਣੀ ਪਾਉਣੀ ਹੈ, ਜਿੱਧਰੋਂ ਮਰਜ਼ੀ ਪਵਾ ਲਓ ਤੁਸੀਂ। ਪ੍ਰਧਾਨ ਮੰਤਰੀ ਚੰਗੀ ਗੱਲ ਕਰਨ, ਉੱਚੀ ਉਹਨਾਂ ਨੂੰ ਮਾੜੀ ਲੱਗਦੀ ਹੈ, ਜੇ ਮਾੜੀ ਕਰਨੀ ਹੈ ਤਾਂ ਉਹਨਾਂ ਨੂੰ ਮਾੜੀ ਲੱਗਣੀ ਹੈ। ਅੱਜ ਪ੍ਰਧਾਨ ਮੰਤਰੀ ਨੇ ਕਾਗਜ਼ ਉੱਤੇ ਦਾਖਲ ਕੀਤੇ ਹੈ ਔਰ ਵਿਰੋਧੀਆਂ ਨੂੰ ਆਪਣੀ ਹਾਰ ਜਿਹੜੀ ਹੈ ਦਿਖਦੀ ਹੈ, ਇਸ ਕਰਕੇ ਪ੍ਰਿਅੰਕਾ ਗਾਂਧੀ ਇੰਨਾ ਰੌਲਾ ਪਾ ਰਹੀ ਸੀ ਕਿ ਮੈਂ ਵਾਰਾਣਸੀ ਜਾ ਕੇ ਇਲੈਕਸ਼ਨ ਲੜਨੀ ਹੈ, ਮੈਨੂੰ ਪ੍ਰਧਾਨ ਜੀ ਕਹਿ ਦੇਣ, ਮੈਂ ਲੜਨ ਨੂੰ ਤਿਆਰ ਬੈਠੀ ਹੈ, ਭੱਜ ਗਏ। ਔਰ ਰਾਹੁਲ ਗਾਂਧੀ ਜੀ ਅਮੇਠੀ ਤੋਂ ਪਹਿਲਾਂ ਹੀ ਭੱਜ ਚੁੱਕੇ ਹੈ, ਉਹਨਾਂ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਔਰ ਉਹ ਆਪਣੀ ਹਾਰ ਨੂੰ ਲੁਕਾਉਣ ਵਾਸਤੇ ਪ੍ਰਧਾਨ ਮੰਤਰੀ ਦੀਆਂ ਗੱਲਾਂ ਦੇ ਉੱਤੇ ਕਿੰਤੂ ਪਰੰਤੂ ਕਰ ਰਹੇ ਨੇ ਔਰ ਝੂਠੀਆਂ ਗੱਲਾਂ ਨੂੰ ਬਣਾ ਰਹੇ ਨੇ। ਜਿਸ ਤਰ੍ਹਾਂ ਕਿ ਸੁਪਰੀਮ ਕੋਰਟ ਨੇ ਹੁਣ ਬੋਲਤੀ ਬੰਦ ਕੀਤੀ ਹੈ ਨਾ ਉਹਨਾਂ ਦੀ, ਜਿੱਥੇ ਰੋਜ਼ 10 ਵਜੇ ਸੁਪਰੀਮ ਕੋਰਟ ਨੇ ਬੋਲਤੀ ਇਸ ਗੱਲ ਤੇ ਬੰਦ ਕੀਤੀ ਹੈ ਕਿ ਸੁਪਰੀਮ ਕੋਰਟ ਦਾ ਹਵਾਲਾ ਦਿੱਤਾ ਗਿਆ ਸੀਗਾ, ਇਸ ਗੱਲ ਤੇ ਬੋਲਤੀ ਬੰਦ ਨਹੀਂ ਕੀਤੀ ਗਈ। ਨਹੀਂ, ਹਰਜੀਤ ਭੁੱਲਰ ਸਾਹਿਬ, ਤੁਸੀਂ ਗਲਤ ਕੋਟ ਕਰਦੇ ਪਏ ਹੋ ਨਾ, ਫਿਰ ਸਿਰਫ ਉਸ ਬਿਆਨ ਤੇ ਬੋਲਤੀ ਬੰਦ ਕੀਤੀ ਸੁਪਰੀਮ ਕੋਰਟ ਨੇ ਇਹਨਾਂ ਦੀ। ਮੈਂ ਕਹਿੰਦਾ ਚਲੋ ਉਸ ਗੱਲ ਤੇ ਬੰਦ ਕੀਤੀ, ਲੇਕਿਨ ਉਹਨਾਂ ਨੂੰ ਕਿਹਨੇ ਰੋਕਿਆ ਨਹੀਂ ਚੌਕੀਦਾਰ ਚੋਰ ਕਹਿਣ ਤੋਂ? ਉਹਨਾਂ ਨੂੰ ਸਮਝ ਲੱਗ ਗਈ ਵੀ ਨਹੀਂ, ਇਹ ਗੱਲ ਝੂਠ ਨਹੀਂ ਚੱਲਣਾ
ਔਰ ਇਸ ਕਰਕੇ ਉਹਨਾਂ ਨੂੰ ਮੂੰਹ ਆਪਣਾ ਬੰਦ ਕਰਨਾ ਪਿਆ ਕਿ ਮੋਦੀ ਸਾਹਿਬ ਮੋਦੀ ਦਾ ਟੋਲਾ ਹੈ ਮੋਦੀ ਸਾਹਿਬ ਬੇਲ ਤੇ ਨੇ ਮੋਦੀ ਸਾਹਿਬ ਅੱਜ ਸੱਚ ਬੋਲਦੇ ਪਏ ਆ ਜਮਹੂਰੀ ਜਿੱਤਣ ਜੇ ਮੋਦੀ ਸਾਹਿਬ ਨੇ ਹਮੇਸ਼ਾ ਹੀ ਸੱਚ ਬੋਲਿਆ ਤੁਹਾਡੇ ਤੇ ਵਿਰੋਧੀ ਇਲਜ਼ਾਮ ਕਿਉਂ ਲਾਉਂਦੇ ਆ ਕਿ ਤੁਸੀਂ ਸਾਰੀਆਂ ਸੰਸਥਾਵਾਂ ਸਾਰੇ ਅਦਾਰਿਆਂ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਕਾਣ ਕਰਨ ਦੀ ਕੋਸ਼ਿਸ਼ ਕੀਤੀ ਕੰਮ ਹੈ ਇਲਜ਼ਾਮ ਲਾਉਣਾ ਸਭ ਤੋਂ ਜ਼ਿਆਦਾ ਕਾਣ ਤੇ ਕਾਂਗਰਸ ਨੇ ਕੀਤਾ ਐਮਰਜੈਂਸੀ ਐਵੇਂ ਨਹੀਂ ਲੱਗੀ ਸੀਗੀ ਠੀਕ ਹੈ ਮੇਰਾ ਰਣਜੀਤਾ ਮੈਂ ਤਾਂ ਸਵਾਲ ਇਹ ਹੈ ਐਮਰਜੈਂਸੀ ਜਿਨ੍ਹਾਂ ਨੇ ਲਾਈ ਸੀ ਕਿ ਐਮਰਜੈਂਸੀ ਲਾਉਣ ਵਾਲੇ ਲੋਕਤੰਤਰ ਨੂੰ ਜਿਤਾਉਣਗੇ ਬਹੁਤ ਹਸੀ ਵੀ ਆਉਂਦੀ ਹੈ ਅਤੇ ਦੁੱਖ ਵੀ ਹੁੰਦਾ ਹੈ ਔਰ ਉੱਚੀ ਉੱਚੀ ਬੋਲ ਕੇ ਇਹਨਾਂ ਦੀ ਬੌਖਲਾਹਟ ਦੱਸਦੀ ਹੈ ਕਿ ਲੋਕਤੰਤਰ ਦਾ ਲੱਲਾ ਅਤੇ ਜਮਹੂਰੀਅਤ ਦਾ ਜੱਜਾ ਅਗਰ ਜ਼ਿੰਦਾ ਰੱਖਿਆ ਹੁੰਦਾ 5 ਸਾਲ ਦੇ ਵਿੱਚ ਤਾਂ ਮੋਦੀ ਜੀ ਨੂੰ ਅੱਜ ਇਹ ਭਾਸ਼ਣ ਦੇ ਨੇ ਨਾ ਉਹਨਾਂ ਦੇ ਮੂੰਹ ਤੋਂ ਚੰਗੇ ਲੱਗਦੇ ਨਾ ਹੀ ਜਨਤਾ ਇਸ ਨੂੰ ਤਿਆਰ ਹੈ ਤੁਸੀਂ ਅੱਜ ਦੇਖੋ ਕਿ ਇੰਨਾ ਸ਼ੋਰ ਸ਼ਰਾਬਾ ਬਚਾ ਕੇ ਜੋ ਨਾਮਾਂਕਣ ਭਰਨ ਵਾਸਤੇ ਮੋਦੀ ਜੀ ਗਏ ਨੇ 24 ਅਪ੍ਰੈਲ 2014 ਨੂੰ ਵੀ ਇਸੀ ਸ਼ੋਰ ਸ਼ਰਾਬੇ ਦੇ ਨਾਲ ਨਾਮਾਂਕਣ ਭਰਿਆ ਸੀਗਾ ਤੇ ਵੱਡੇ ਵੱਡੇ ਵਾਅਦੇ ਕੀਤੇ ਮੈਨੂੰ ਇਸੇ ਡਰ ਕਰਕੇ ਕਾਂਗਰਸ ਨੇ ਕੋਈ ਵੱਡਾ ਕੈਂਡੀਡੇਟ ਦੇਖੋ ਜਿਸ ਨੂੰ ਪਿਛਲੀ ਵਾਰੀ ਉਤਾਰਿਆ ਸੀ ਉਹੀ ਵੱਡਾ ਕੈਂਡੀਡੇਟ ਸਾਡਾ ਇਸ ਵਾਰ ਵੀ ਉਤਰਿਆ ਹੈ ਔਰ ਜਿੱਥੇ ਤੱਕ ਗੱਲ ਹੈ ਇਹਨਾਂ ਦਾ ਭਰਮ ਫੈਲਾਉਣ ਦੀ ਕਿ ਪ੍ਰਿਯੰਕਾ ਗਾਂਧੀ ਕਹਿੰਦੀ ਸੀ ਮੈਂ ਲੜਾਂਗੀ ਇਹ ਫੈਲਾਉਣ ਵਾਲੇ ਨਿਊਜ਼ ਵੀ ਇਹੀ ਸੀਗੇ ਤੇ ਹੁਣ ਹਟਾਉਣ ਵਾਲੇ ਨਿਊਜ਼ ਵੀ ਇਹੀ ਨਹੀਂ ਰਣਜੀਤਾ ਮਹਿਤਾ ਤੁਹਾਡੀ ਸਟ੍ਰੈਟਜੀ ਹੋ ਸਕਦੀ ਹੈ ਪ੍ਰਿਯੰਕਾ ਗਾਂਧੀ ਨੂੰ ਉਤਾਰਨਾ ਤੁਸੀਂ ਨਹੀਂ ਉਤਾਰਨਾ ਪਰ ਤੁਸੀਂ ਇਹ ਨਾ ਕਹੋ ਪ੍ਰਿਯੰਕਾ ਗਾਂਧੀ ਨੇ ਨਹੀਂ ਕਿਹਾ ਪ੍ਰਿਯੰਕਾ ਗਾਂਧੀ ਨੇ ਕਿਹਾ ਸੀਗਾ ਕਿ ਅਗਰ ਹਾਈਕਮਾਨ ਚਾਹੇਗੀ ਤਾਂ ਕਿਤੋਂ ਵੀ ਮੈਂ ਚੋਣਾਵ ਲੜਨ ਵਾਸਤੇ ਤਿਆਰ ਹਾਂ ਪਰ ਪ੍ਰਿਯੰਕਾ ਗਾਂਧੀ ਇੱਕ ਐਸੀ ਸ਼ਖਸੀਅਤ ਹੈਗੀ ਹੈ ਜਿਹਨੂੰ ਅਸੀਂ ਇੱਕ ਏਰੀਆ ਵਿੱਚ ਕੰਸਨਟ੍ਰੇਟ ਨਹੀਂ ਕਰ ਸਕਦੇ ਪੂਰੀ ਪੂਰੀ ਯੂਪੀ ਜਿੱਤਣੀ ਅਸੀਂ ਕੱਲਾ ਇੱਕ ਵਾਰਾਣਸੀ ਨਹੀਂ ਜਿੱਤਣਾ ਇਹ ਉਹੀ ਵਾਰਾਣਸੀ ਹੈਗਾ ਜਿਹੜਾ ਪਿਛਲੇ 2014 ਦੇ ਅੰਦਰ ਮੋਦੀ ਜੀ ਨੇ ਰੈਲੀ ਕੀਤੀ ਸੀ 10 ਏਕੜ ਜ਼ਮੀਨ ਜਿਹੜੀ ਤਿਆਰ ਫਸਲ ਖੜੀ ਸੀ ਉਹਦੇ ਉੱਪਰ ਪਾਣੀ ਫੇਰ ਕੇ ਉਹਨਾਂ ਨੇ ਤਾਂ 5 ਸਾਲ ਬਾਅਦ ਵੀ ਰਣਜੀਤਾ ਮਹਿਤਾ ਨਹੀਂ ਰਣਜੀਤਾ ਮਹਿਤਾ ਮੇਰੀ ਗੱਲ ਕੰਪਲੀਟ ਕਰੋ ਰਣਜੀਤਾ ਮਹਿਤਾ 5 ਸਾਲ ਬਾਅਦ ਵੀ ਤੁਸੀਂ ਇਹ ਕੋਸ਼ਿਸ਼ ਨਹੀਂ ਕਰ ਸਕੇ ਕਿ ਤੁਹਾਡਾ ਕੈਂਡੀਡੇਟ ਜਿਹਨੂੰ 75,000 ਵੋਟਾਂ ਪੈਂਦੀਆਂ ਉਸ ਜਗ੍ਹਾ ਕੋਈ ਹੋਰ ਕੈਂਡੀਡੇਟ ਅਸੀਂ ਲਿਆ ਸਕੀਏ ਮੈਨੂੰ ਇਹ ਗੱਲ ਕੰਪਲੀਟ ਕਰ ਲੈਣ ਦੋ ਜਨਤਾ ਜਵਾਬ ਦੇਗੀ ਜਨਾਬ ਉਹ 75,000 ਕੈਂਡੀਡੇਟ ਲੈਣ ਵਾਲੇ ਕੈਂਡੀਡੇਟ ਨੂੰ ਕਿੰਨੀ ਵੋਟਾਂ ਮਿਲਣਗੀਆਂ ਉਹ 10 ਏਕੜ ਜ਼ਮੀਨ ਜਿਹੜੀ ਫਸਲ ਤਿਆਰ ਖੜੀ ਸੀ ਜਿਹੜੇ ਮੋਦੀ ਜੀ ਦੇ ਹੈਲੀਪੈਡ ਦੋ ਬਣਾਉਣ ਵਾਸਤੇ ਖਰਾਬ ਹੋਈ ਔਰ ਮੋਦੀ ਜੀ ਨੇ ਇਹ ਕਹਿ ਕੇ ਝੂਠ ਬੋਲਿਆ ਕਿ ਤੁਹਾਡੀ ਫਸਲ ਖਰਾਬ ਹੋ ਰਹੀ ਹੈ ਤੁਹਾਨੂੰ ਮੁਆਵਜ਼ਾ ਦੇਵਾਂਗੇ ਨਹੀਂ ਤਾਂ ਜਿੰਨੀਆਂ ਇੱਟਾਂ ਇੱਥੇ ਲੱਗ ਰਹੀਆਂ ਨੇ ਤੁਸੀਂ ਇੱਟਾਂ ਲੈ ਜਾਇਓ ਜਦ ਇੱਟਾਂ ਲੈਣ ਵਾਸਤੇ ਵੀ ਕਿਸਾਨ ਗਏ ਤਾਂ ਉੱਥੇ ਲੋਕਲ ਨੇਤਾਵਾਂ ਨੇ ਉਹਨਾਂ ਦੀ ਕੁਟਾਈ ਕੀਤੀ ਇਹ ਉਹੀ 10 ਏਕੜ ਜ਼ਮੀਨ ਦੇ ਉੱਪਰ ਦੁਬਾਰਾ ਵਾਰਾਣਸੀ ਜਦੋਂ ਵੋਟਾਂ ਮੰਗਣ ਜਾਵਾਂਗੇ ਜਨਤਾ ਉੱਥੇ ਜਵਾਬ ਦੇਣ ਨੂੰ ਤਿਆਰ ਹੈ ਇਹ ਕਹਿੰਦੇ ਸੀ ਮੈਂ ਗੰਗਾ ਦਾ ਪੁੱਤਰ ਹਾਂ ਮੈਂ ਗੰਗਾ ਨੇ ਮੈਨੂੰ ਬੁਲਾਇਆ ਹੈ ਉਹ ਗੰਗਾ ਦੇ ਇਹਨਾਂ ਨੇ ਹਾਲਾਤ ਕੀ ਕੀਤੇ ਨੇ ਤੁਹਾਨੂੰ ਆਂਕੜੇ ਵਾਈਜ਼ ਆਂਕੜੇ ਦੱਸਾਂਗੀ ਕੈਗ ਦੀ ਕੀ ਰਿਪੋਰਟ ਹੈ ਤੇ ਐਨਸੀਟੀ ਦੀ ਕੀ ਰਿਪੋਰਟ ਹੈ ਅੱਜ ਗੰਗਾ ਰੋ ਰਹੀ ਹੈ 39 ਜਗ੍ਹਾ ਦੇ ਵਿੱਚੋਂ ਦੇਸ਼ 'ਚ 38 ਜਗ੍ਹਾ ਦੀ ਗੰਗਾ ਮੈਲੀ ਹੋ ਚੁੱਕੀ ਹੈ ਇਹ ਸਾਡੀ ਰਿਪੋਰਟ ਅਸੀਂ ਨਹੀਂ ਕਹਿ ਰਹੇ ਇਹ ਰਿਪੋਰਟਾਂ ਕਹਿ ਰਹੀਆਂ ਨੇ ਉੱਥੇ ਦੀ ਫਾਊਂਡੇਸ਼ਨ ਕਹਿ ਰਹੇ ਨੇ ਉੱਥੇ ਦੇ ਐਕਸਪੈਰੀਮੈਂਟ ਕਰਨ ਵਾਲੇ ਲੋਕੀ ਕਹਿ ਰਹੇ ਨੇ ਮੈਂ ਵਾਪਸ ਆਉਂਦਾ ਰਹੂੰਗਾ ਜਗਤਾਰ ਸਿੰਘ ਸੰਘੇੜਾ ਆਮ ਆਦਮੀ ਪਾਰਟੀ ਸਿਆਸਤ ਬਦਲਣ ਆਈ ਸੀ ਤੇ ਆਮ ਆਦਮੀ ਪਾਰਟੀ ਦੀ ਸਿਆਸਤ ਦੇ ਵਿਚਾਲੇ ਪ੍ਰਧਾਨ ਮੰਤਰੀ ਸਾਹਿਬ ਦਾ ਬਿਆਨ ਕੀ ਮਾਇਨੇ ਰੱਖਦਾ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਉੱਥੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਚੋਣਾਂ ਲੜ ਚੁੱਕੇ ਆ ਦੂਜੇ ਨੰਬਰ ਤੇ ਆਏ ਸੀਗੇ ਤੁਸੀਂ ਕੋਸ਼ਿਸ਼ ਕੀਤੀ ਸੀਗੀ ਪਰ ਹੁਣ ਕੋਸ਼ਿਸ਼ ਤੁਹਾਡੀ ਵੀ ਜਵਾਬ ਦੇ ਚੁੱਕੀ ਆ ਦੇਖੋ ਟੌਪਿਕ ਹੋਰ ਸੀਗਾ ਕੋਸ਼ਿਸ਼ ਜਵਾਬ ਦੇ ਚੁੱਕੀ ਦੀ ਗੱਲ ਨਹੀਂ ਅਸੀਂ ਜੇ ਆਪਣੀ ਸਮਰੱਥਾ ਦੇ ਅਨੁਸਾਰ ਜਿੰਨੀਆਂ ਸੀਟਾਂ 'ਤੇ ਲੜਨਾ ਲੜ ਰਹੇ ਹਾਂ ਉਹ ਅਸੀਂ ਪ੍ਰੀ ਐਮਪਟ ਕਰ ਲਿਆ ਸੀਗਾ ਜ਼ਿਆਦਾ ਜਗ੍ਹਾ 'ਤੇ ਚੋਣ ਲੜਨ ਚਲੇ ਗਏ ਸੀਗੇ ਉਸ ਤੋਂ ਬਾਅਦ ਅਸੀਂ ਸੈਲਫ ਵੈਲਿਊਏਸ਼ਨ ਕੀਤੀ ਆ ਸੰਗਠਨ ਸਾਡਾ ਅਜੇ ਓਡਾ ਨਹੀਂ ਹੈਗਾ ਅਸੀਂ ਚਲੋ ਠੀਕ ਆਪਾਂ ਉਸ ਤੋਂ ਅੱਗੇ ਵੱਧ ਜਾਂਦੇ ਹਾਂ ਪਰ ਜਮਹੂਰੀ ਜਿੱਤ ਜਾਵੇਗੀ ਪ੍ਰਧਾਨ ਮੰਤਰੀ ਸਾਹਿਬ ਜੋ ਕਹਿ ਰਹੇ ਆ ਹਾਂਜੀ ਜਿਹੜੀ ਜਮਹੂਰੀਅਤ ਦੀ ਗੱਲ ਇਹਨਾਂ ਨੇ ਕੀਤੀ ਆ ਮੈਂ ਤਾਂ ਉਹਦਾ ਸਵਾਗਤ ਕਰਦਾ ਹਾਂ ਵੈਸੇ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਵੀ ਸਾਡੇ ਪ੍ਰਧਾਨ ਮੰਤਰੀ ਨੂੰ ਪਤਾ ਆ ਵੀ ਜਮਹੂਰੀਅਤ ਦੀ ਕਿੰਨੀ ਇੰਪੋਰਟੈਂਸ ਆ ਅਤੇ ਉਹਨਾਂ ਨੂੰ ਇਹ ਵੀ ਪਤਾ ਆ ਵੀ ਇੰਡੀਆ ਇੱਕ ਜਮਹੂਰੀ ਕੰਟਰੀ ਆ ਡੈਮੋਕ੍ਰੇਸੀ ਜ਼ਰੂਰੀ ਹੁੰਦੀ ਆ ਡੈਮੋਕ੍ਰੇਸੀ ਨੂੰ ਮੇਨਟੇਨ ਕਰਨਾ ਚਾਹੀਦਾ ਆ ਬਟ ਹੁਣ ਤੱਕ ਜੋ ਕੁਛ ਭਾਰਤੀ ਜਨਤਾ ਪਾਰਟੀ ਨੇ ਇੰਡੀਆ ਦੇ ਵਿੱਚ ਕੀਤਾ ਆ ਉਹ ਡੈਮੋਕ੍ਰੇਸੀ ਨੂੰ ਤਹਿਸ ਨਹਿਸ ਕਰਨ ਵਾਲਾ ਹੀ ਕੀਤਾ ਆ ਇਹ ਮਤਲਬ ਪ੍ਰਾਈਮਾ ਫੇਸ਼ਾ ਹੀ ਸਾਹਮਣੇ ਆ ਜਮਹੂਰੀ ਸੰਸਥਾਵਾਂ ਦਾ ਨੁਕਸਾਨ ਕੀਤਾ ਗਿਆ ਆ ਇਕੱਲੇ ਨਾਮ ਹੀ ਨਹੀਂ ਬਦਲੇ ਉਹਨਾਂ ਨੂੰ ਸੰਸਥਾਵਾਂ ਨੂੰ ਅੰਦਰੋਂ ਖੋਰਾ ਲਾ ਕੇ ਉਹਨਾਂ ਦਾ ਮੁਕੰਮਲ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਨਹੀਂ ਸਾਰੀਆਂ ਸੰਸਥਾਵਾਂ ਨੂੰ ਸੋ ਵੱਧ ਤੋਂ ਵੱਧ ਇੱਥੋਂ ਤੱਕ ਕਿ ਲੋਕਾਂ ਦੇ ਘਰਾਂ ਅੰਦਰ ਲੋਕਾਂ ਦੇ ਕਿਚਨ ਅੰਦਰ ਝਾਕਣ ਦੀ ਕੋਸ਼ਿਸ਼ ਕੀਤੀ ਗਈ ਆ ਕਿ ਬਣਾਇਆ ਕੀ ਜਾ ਰਿਹਾ ਅਤੇ ਖਾ ਕੀ ਰਹੇ ਆ ਇਹ ਡਿਟਰਮਨ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਕਿ ਇਹ ਦੇਖਣਗੇ ਕਿਸੇ ਕਿਹਦੇ ਕਿਚਨ 'ਚ ਕੀ ਬਣਨਾ ਹੈ ਅਤੇ ਕੀ ਉਹਨਾਂ ਨੇ ਖਾਣਾ ਆ ਇਹ ਡੈਮੋਕ੍ਰੇਸੀ ਦਾ ਕਤਲ ਕਰਨ ਵਾਲੀ ਇਹ ਪਾਰਟੀ ਹੈ ਮੈਂ ਤਾਂ ਇਹ ਕਹਿੰਦਾ ਭਾਰਤੀ ਜਨਤਾ ਪਾਰਟੀ ਤੋਂ ਸਭ ਤੋਂ ਵੱਧ ਖਤਰਾ ਜਮਹੂਰੀਅਤ ਨੂੰ ਇੰਡੀਆ ਦੀ ਡੈਮੋਕ੍ਰੇਸੀ ਨੂੰ ਸਭ ਤੋਂ ਵੱਧ ਖਤਰਾ ਭਾਰਤੀ ਜਨਤਾ ਪਾਰਟੀ ਵੱਲੋਂ ਹੈਗਾ ਇਸ ਵੇਲੇ ਰਾਜ ਵਿਲੀਅਮ ਜੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਲੋਕਤੰਤਰ ਨੂੰ ਮਜ਼ਬੂਤ ਕਰਨਾ ਸੀ ਸਾਡਾ ਕੋਈ ਦੁਸ਼ਮਣ ਨਹੀਂ ਹੈਗਾ ਇਹਦਾ ਮਤਲਬ ਕੀ ਹੈਗਾ ਦੇਖੋ ਸਭ ਤੋਂ ਪਹਿਲਾਂ
ਦੇਖਣ ਵਾਲੀ ਜਿਹੜੀ ਗੱਲ ਇਹ ਹੈ ਕਿਉਂਕਿ ਮੈਂ ਕੋਈ ਕਿਸੇ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ ਨਹੀਂ ਹੈਗਾ, ਮੈਂ ਇਹ ਨਹੀਂ ਕਹਿਣਾ ਹੈਗਾ ਕਿ ਉਹ ਗਲਤ ਹੈ, ਮੇਰਾ ਲੀਡਰ ਸਹੀ ਹੈ, ਮੋਦੀ ਗਲਤ ਹੈ ਜਾਂ ਰਾਹੁਲ ਸਹੀ ਨੇ। ਮੈਂ ਇੱਕ ਇੱਕ ਓਬਜੈਕਟਿਵ ਜਿਹੜਾ ਹੈਗਾ ਤੌਰ 'ਤੇ ਦੇਖਦਾ ਹੈ ਕਿ ਇਹ ਜਿਹੜਾ 2019 ਦਾ ਇਲੈਕਸ਼ਨ ਹੈਗਾ ਇਹ ਕੋਈ ਨੋਰਮਲ ਇਲੈਕਸ਼ਨ ਨਹੀਂ ਹੈਗਾ ਗਾ। ਜੋ ਇੱਥੇ ਹੋ ਰਿਹਾ ਉਹ ਪਹਿਲਾਂ ਕਦੀ ਵੇਖਣ ਨੂੰ ਨਹੀਂ ਮਿਲਿਆ ਗਾ। ਔਰ ਇਹਦੇ ਵਿੱਚ ਬਿਲਕੁਲ ਸਹੀ ਤੁਹਾਡਾ ਮੁੱਦਾ ਹੈ ਕਿ ਜਿਹੜਾ ਲੋਕਤੰਤਰ ਹੈਗਾ ਉਹਦੇ 'ਤੇ ਇੱਕ ਤਰੀਕੇ ਦਾ ਵਰਡਿਕਟ ਹੈ। ਉਹ ਇਸ ਤਰੀਕੇ ਦੇ ਨਾਲ ਕਿ ਜਿਵੇਂ ਤੁਸੀਂ ਕਹਿ ਰਹੇ, ਜਿਵੇਂ ਮੋਦੀ ਜੀ ਕਹਿ ਰਹੇ ਨੇ ਅੱਜ ਇਹਨਾਂ ਦਾ ਜਿਹੜਾ ਬਿਆਨ ਸੀਗਾ ਕਿ ਲੋਕਤੰਤਰ ਜੋ ਹੈ ਉਹ ਜਿੱਤਣਾ ਚਾਹੀਏ ਚਾਹੇ ਮੋਦੀ ਜੀ ਹਾਰ ਜਾਣ। ਮੈਨੂੰ ਇੱਕ ਪੱਤਰਕਾਰ ਦੇ ਤੌਰ 'ਤੇ ਮੈਨੂੰ ਇਹ ਗੱਲ ਬੜੀ ਦਿਲਚਸਪ ਲੱਗਦੀ ਹੈ ਕਿ ਜਦੋਂ 7 ਫੇਸ 'ਚ ਹੋਣ ਇਲੈਕਸ਼ਨ ਜਿਹੜੇ ਸਾਡੇ ਹੋਣੇ ਸੀਗੇ ਉਹਨਾਂ 'ਚੋਂ 3 ਫੇਸ ਹੋ ਚੁੱਕੇ ਨੇ, ਅੱਧੇ ਰਾਹੇ ਇਹਨਾਂ ਨੂੰ ਇਹ ਗੱਲ ਕਹਿਣ ਦੀ ਲੋੜ ਕਿਉਂ ਪੈ ਗਈ? ਪੋਲਿੰਗ ਪਰਸੈਂਟੇਜ ਵੀ ਹੋ ਸਕਦਾ ਹੈਗਾ, ਲੇਕਿਨ ਇਹ ਬਹੁਤ ਜਲਦੀ ਹੈ ਹਲੇ। ਹਾਲਾਂਕਿ ਜਿਹੜੇ ਅਨੈਲਿਸਿਸ ਹੈ ਹੁਣ ਤੀਕਰ ਜਿਹੜੀਆਂ 300 ਤੋਂ ਵੱਧ ਸੀਟਾਂ 'ਤੇ ਮਤਦਾਨ ਹੋ ਚੁੱਕਿਆ ਹੈਗਾ ਉਹਦੇ ਜਿਹੜੇ ਅਨੈਲਿਸਿਸ ਆ ਰਹੇ ਹੈਗੇ ਨੇ ਉਹ ਕੋਈ ਬੜੇ ਵਧੀਆ ਨਹੀਂ ਹੈਗੇ ਗੇ। ਰੂਲਿੰਗ ਪਾਰਟੀ ਬੀਜੇਪੀ ਦੇ ਹੱਕ 'ਚ ਜਾਂਦੇ ਨਹੀਂ ਦਿਖਾਦੇ, ਪਰ ਉਹ ਅਨੈਲਿਸਿਸ ਹੈਗੇ ਨੇ, ਨਤੀਜਾ ਕੁਛ ਵੀ ਹੋ ਸਕਦਾ। ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਬਾਅਦ ਵਾਪਸ ਆਵਾਂਗੇ। ਜਮਹੂਰੀਅਤ ਮੈਨੂੰ ਇਹ ਹੱਕ ਦਿੰਦੀ ਹੈ ਕਿ ਮੈਂ ਬ੍ਰੇਕ ਲੈ ਸਕਾਂ, ਅਤੇ ਜਮਹੂਰੀਅਤ ਇਹ ਵੀ ਕਹਿੰਦੀ ਹੈ ਕਿ ਪੈਨਲਿਸਟ ਦੀ ਗੱਲ ਪੂਰੀ ਸੁਣਨੀ ਹੈਗੀ ਹੈ। ਕੋਸ਼ਿਸ਼ ਕਰਾਂਗੇ ਇਹਨਾਂ ਦੀ ਗੱਲ ਪੂਰੀ ਸੁਣੀ ਜਾਵੇ, ਕਿਉਂਕਿ ਜਮਹੂਰੀਅਤ ਹੱਕ ਦਿੰਦੀ ਹੈ, ਕਿਉਂਕਿ ਅਸੀਂ ਚਾਹੁੰਦੇ ਹਾਂ ਜਮਹੂਰੀਅਤ ਜਿੱਤੇ। ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਜਮਹੂਰੀਅਤ ਜਿੱਤੇਗੀ, ਅਤੇ ਵਿਰੋਧੀ ਕਹਿੰਦੇ ਆ ਜਮਹੂਰੀਅਤ ਦਾ ਕਾਰਨ ਕੀਤਾ ਜਾ ਰਿਹਾ। ਸਵਾਲ ਬਹੁਤ ਮਹੱਤਵਪੂਰਨ, ਬ੍ਰੇਕ ਤੋਂ ਵਾਪਸ ਆ ਕੇ ਫਿਰ ਪੁੱਛਾਂਗੇ ਕਿਸ ਦੇ ਸਿਰ 'ਤੇ ਜਿੱਤੇਗੀ ਜਮਹੂਰੀਅਤ। ਬੜਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ, ਜਮਹੂਰੀਅਤ ਨੂੰ ਜਿਉਂਦਾ ਰੱਖਣ ਲਈ ਸਿਆਸਤ ਨੇ ਪਿਛਲੇ 5 ਸਾਲ 'ਚ ਕੀ ਕੀਤਾ? ਰਾਜੂ ਵਿਲਨ ਜੀ ਆਪਣੀ ਗੱਲ ਪੂਰੀ ਕਰ ਲਓ। ਮੈਂ ਇਹ ਬ੍ਰੇਕ ਤੋਂ ਪਹਿਲਾਂ ਇਹੀ ਗੱਲ ਜਿਹੜੀ ਹੈ ਕਰ ਰਿਹਾ ਸੀਗਾ ਕਿ ਬਈ ਇਹ ਪਹਿਲੀ ਵਾਰੀ ਹੋਇਆ ਕਿ ਜਿਹੜੀ ਪਾਰਟੀ ਜਿਹਨੇ 5 ਸਾਲ ਰਾਜ ਕੀਤਾ ਹੈ ਉਹ 5 ਸਾਲਾਂ ਬਾਅਦ ਜਦ ਦੁਬਾਰਾ ਲੋਕਾਂ ਤੋਂ ਫਤਵਾ ਲੈਣ ਜਾ ਰਹੀ ਹੈ ਤਾਂ ਉਹ ਆਪਣੀਆਂ ਪ੍ਰਾਪਤੀਆਂ ਜਿਹੜੀਆਂ ਉਹ ਉਹਨਾਂ ਨੂੰ ਮੁੱਦੇ ਨਹੀਂ ਬਣਾ ਰਹੀ ਹੈਗੀ। ਜਿਹੜੇ ਮੁੱਦੇ ਬਣ ਰਹੇ ਹੈਗੇ ਨੇ ਉਹ ਉਹਨਾਂ ਦੀਆਂ ਅਚੀਵਮੈਂਟਸ ਜਿਹੜੀਆਂ ਬਤੌਰ ਸਰਕਾਰ ਦੇ ਉਹ ਜਿਹੜੇ ਹੈਗੇ ਉਹਨਾਂ ਨਾਲ ਉਹ ਕੋਈ ਲੈਣਾ ਦੇਣਾ ਨਹੀਂ ਹੈਗਾ। ਇਹ ਵੱਖਰੀ ਗੱਲ ਹੈ, ਇਹਨੂੰ ਬਾਅਦ 'ਚ ਇਹਨੂੰ ਵਿਚਾਰ ਕੀਤੀ ਜਾ ਸਕਦੀ ਉਹ ਕਿਹੜੇ ਮੁੱਦੇ ਨੇ ਕਿ ਜਿਹਨਾਂ ਦੇ ਉੱਤੇ ਸਰਕਾਰ ਹੁਣ ਜਿਹੜਾ ਜ਼ੋਰ ਦੇ ਰਹੀ ਹੈ। ਮੈਂ ਇਸ ਗੱਲ 'ਤੇ ਮੈਨੂੰ ਬੜਾ ਹੈਰਾਨੀ ਹੋ ਰਹੀ ਹੈ ਕਿ ਪ੍ਰਧਾਨ ਮੰਤਰੀ ਜੀ ਇਹ ਕਹਿ ਰਹੇ ਨੇ ਕਿ ਲੋਕਤੰਤਰ ਜਿਹੜਾ ਹੈਗਾ ਉਹ ਜਿੱਤਣਾ ਚਾਹੀਦਾ ਹੈਗਾ, ਤਾਂ ਇਸ ਵੇਲੇ ਉਹਨਾਂ ਨੂੰ ਇਹ ਗੱਲ ਕਹਿਣ ਦੀ ਲੋੜ ਕਿਉਂ ਪਈ? ਤਾਂ ਮੈਨੂੰ ਇਹ ਲੱਗਦਾ ਹੈਗਾ ਕਿ ਵੀ ਜਾਂ ਤਾਂ ਉਹਨਾਂ ਨੂੰ 3 ਫੇਜ਼ ਦੇ ਜਿਹੜੇ ਹੈ ਮਤਦਾਨ ਹੋ ਚੁੱਕੇ ਨੇ ਔਰ ਜਿੱਦਾਂ ਦੇ ਅੰਕੜੇ ਆ ਰਹੇ ਨੇ ਜਾਂ ਤਾਂ ਉਹਨਾਂ ਨੂੰ ਐਂ ਲੱਗਦਾ ਵੀ ਜ਼ਮੀਨ ਸਾਡੇ ਤੋਂ ਥੱਲਿਓਂ ਖਿਸਕਦੀ ਜਾ ਰਹੀ ਹੈ, ਅਤੇ ਕੱਲ੍ਹ ਨੂੰ ਜੇ ਹਾਰ ਗਏ ਤਾਂ ਅਸੀਂ ਇੱਕ ਮੋਰਲ ਹਾਈ ਸਟੈਂਡ ਲਵਾਂਗੇ, ਦੇਖੋ ਅਸੀਂ ਤਾਂ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਪਾਰਟੀ ਹੈ। ਦੂਜੇ ਪਾਸੇ ਇਹ ਵੀ ਹੈ ਕਿ ਬਈ ਜਿਸ ਕਿਸਮ ਦੇ ਟੂਲ, ਜਿਸ ਕਿਸਮ ਦੇ ਨਾਰੇ ਜਿਹੜੇ ਹੈਗੇ ਹੈ ਇਸ ਲੋਕ ਸਭਾ ਇਲੈਕਸ਼ਨ 'ਚ ਵਰਤੇ ਜਾ ਰਹੇ ਨੇ ਉਹ ਪਹਿਲਾਂ ਕਦੀ ਨਹੀਂ ਵਰਤੇ ਗਏ, ਔਰ ਜਿਹੜਾ ਸਭ ਤੋਂ ਖਤਰਨਾਕ ਜਿਹੜਾ ਇਹਦੇ ਵਿੱਚ ਇਹਦਾ ਆਸਪੈਕਟ ਹੈ ਉਹ ਹੈਗਾ ਕਿ ਇਸ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਫਿਰਕੂ ਜਿਹੜੇ ਰੰਗਤ ਵਾਲੀ ਜਿਹੜੀ ਹੈ ਇਸ਼ਾਰੇ ਜਿਹੜੇ ਹੈਗੇ ਹੈ ਉਹ ਬੜੇ ਖੁੱਲ੍ਹੇ ਆਮ ਦਿੱਤੇ ਜਾ, ਅੱਗੇ ਇਸ਼ਾਰਿਆਂ 'ਚ ਹੁੰਦੀ ਸੀ ਹੁਣ ਖੁੱਲ੍ਹੇ ਆਮ ਦਿੱਤੇ ਜਾ ਰਹੇ ਨੇ ਪ੍ਰਧਾਨ ਮੰਤਰੀ ਜੀ। ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਸੇਫਗਾਰਡ ਲੈ ਲਿਆ? ਹਾਂ, ਪ੍ਰਧਾਨ ਮੰਤਰੀ ਨੇ ਸੇਫਗਾਰਡ ਲੈ ਲਿਆ, ਔਰ ਇਹਦੇ 'ਚ ਇੱਕ ਹੋਰ ਵੀ ਗੱਲ ਹੈ ਇਹਨਾਂ ਦਾ ਪਿਛਲਾ ਟਰੈਕ ਰਿਕਾਰਡ ਦੇਖਦੇ ਹੋਏ ਉਹ ਇਹ ਵੀ ਹੈਗਾ ਕਿ ਬਈ ਜਿਸ ਕਿਸਮ ਦੀ ਭਾਸ਼ਾ ਬੋਲੀ ਇਹਨਾਂ ਦੇ ਲੀਡਰਸ ਜਿਹੜੇ ਔਰ ਬੜੇ ਜ਼ਿੰਮੇਵਾਰ ਲੀਡਰਸ ਇਲੈਕਟਡ ਜਿਹੜੇ ਇਹਨਾਂ ਦੇ ਰੀਪ੍ਰਜੈਂਟੇਟਿਵਸ ਹੈ ਬਾਕੀ ਦੇ ਹਿੰਦੁਸਤਾਨ 'ਚ, ਤੁਸੀਂ ਯੂਟਿਊਬ 'ਤੇ ਦੇਖ ਲਓ, ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਲਓ, ਜਿਸ ਕਿਸਮ ਦੇ ਉਹ ਭਾਸ਼ਣਬਾਜ਼ੀ ਕਰ ਰਹੇ ਨੇ ਉਹਦੇ ਵਿੱਚ ਸਿਰਫ ਇਹ ਹੈਗਾ ਕਿ ਹਮ ਹੈ ਤੁਮ ਨਹੀਂ ਔਰ ਕੋਈ ਨਹੀਂ, ਜਿਹੜੀ ਕਿ ਬਹੁਤ ਗੈਰ ਲੋਕਤੰਤਰੀ ਜਿਹੜੀ ਹੈਗੀ ਹੈ ਉਹ ਇੱਕ ਪਹਿਲੂ ਹੈਗਾ, ਗੈਰ ਲੋਕਤੰਤਰੀ ਉਹ ਸੋਚ ਹੈ। ਇੱਕ ਮੈਂ ਇੱਥੇ ਗੱਲ ਹੋਰ ਇਹ ਕਹਿਣੀ ਚਾਹੁੰਦਾ ਕਿ ਬਈ ਇੱਥੋਂ ਇਹ ਵੀ ਇੱਕ ਥੋੜ੍ਹਾ ਜਿਹਾ ਖਦਸ਼ਾ ਮਹਿਸੂਸ ਹੋ ਰਿਹਾ ਹੈ ਕਿ ਬਈ ਜਿਹੜਾ ਇਹ ਕਹਿਣਾ ਕਿ ਅਸੀਂ ਲੋਕਤੰਤਰ 'ਚ ਵਿਸ਼ਵਾਸ ਰੱਖਣ ਵਾਲੇ ਹਾਂ ਉਹ ਕਿਤੇ ਇਹ ਕਿਸੇ ਕਿਸਮ ਦੀ ਇੱਦਾਂ ਦੀ ਕੋਈ ਢਾਲ ਤਾਂ ਨਹੀਂ ਬਣਾ ਰਹੇ ਕਿ ਵੀ ਇਸ ਆਰਟ ਦੇ ਵਿੱਚ ਜੇ ਅਸੀਂ ਕੁਛ ਹੋਰ ਵੀ ਕਰ ਲਈਏ
ਤਾਂ ਲੋਕਾਂ ਨੂੰ ਕਹੀਏ ਦੇਖੋ ਅਸੀਂ ਨਹੀਂ ਕੀਤਾ ਹੈਗਾ, ਅਸੀਂ ਤਾਂ ਲੋਕਤੰਤਰ 'ਚ ਵਿਸ਼ਵਾਸ ਰੱਖਣ। ਮੈਂ ਇੱਥੇ ਧਿਆਨ ਤੁਹਾਡਾ ਇਸ ਕਰਕੇ ਦਿਵਾਉਣਾ ਚਾਹੁੰਦਾ ਕਿ ਪਿਛਲੇ ਸਮਿਆਂ ਦੇ ਵਿੱਚ ਜਿਹੜੀ EVM ਹੈਗੀ ਮਸ਼ੀਨ ਉਹਦੇ ਉੱਤੇ ਬਹੁਤ ਹੀ ਗੰਭੀਰ ਜਿਹੜੇ ਹੈ ਰਾਜੂ ਜੀ ਮੋਦੀ ਸਾਹਿਬ ਗੱਲ ਕਹਿੰਦੇ ਆ, ਤਿੰਨ ਦੌਰ ਤੋਂ ਬਾਅਦ ਵਿਰੋਧੀਆਂ ਨੂੰ EVM ਚੇਤੇ ਆ ਗਈ, ਉਹ ਅੱਧੀਆਂ ਗਾਲਾਂ ਮੋਦੀ ਨੂੰ ਕੱਢਦੇ, ਅੱਧੀ EVM ਨੂੰ ਕੱਢਦੇ ਪਏ, ਉਹ ਵੀ ਕਰ ਰਹੇ ਆ। ਮੈਂ ਉਹ ਮੋਦੀ ਸਾਹਿਬ ਜਿਹੜੀ ਗੱਲ ਕਰ ਰਹੇ ਨੇ ਜਾਂ ਮੋਦੀ ਸਾਹਿਬ ਦੇ ਖਿਲਾਫ ਜੋ ਕਰ ਰਹੇ ਨੇ ਉਹ ਉਹਨਾਂ ਦੇ ਪੋਲੀਟੀਕਲ ਵਿਰੋਧੀ ਨੇ। ਜਿਹੜਾ EVM ਜਿਹੜੀ ਗੱਲ ਕਰ ਰਿਹਾ EVM ਦਾ ਉਹਨਾਂ ਨੇ ਗੱਲ ਕੀਤੀ ਆ, ਉਹਦੇ ਵਿੱਚ ਤਰਕ ਹੈਗਾ, ਉਹ ਕਹਿੰਦੇ EVM ਦਾ ਮੁੱਦਾ ਹੁਣ ਤਿੰਨ ਦੌਰ ਤੋਂ ਬਾਅਦ ਕਿਉਂ ਵਿਰੋਧੀ ਚੱਕਦੇ ਪਏ ਆ? ਉਹ ਉਹਨਾਂ ਨੂੰ ਕਹਿ ਸਕਦੇ ਨੇ, ਲੇਕਿਨ ਹੁਣ ਜੇ ਮੇਰੇ ਨਾਲ ਮੋਦੀ ਸਾਹਿਬ ਗੱਲ ਕਰਨ ਤਾਂ ਫਿਰ ਮੈਂ ਉਹਨਾਂ ਨੂੰ ਦੱਸਾਂ ਨਾ ਵੀ ਕੀ ਮਸਲਾ ਕੀ ਹੈਗਾ। ਗੱਲ ਹੈ ਕਿ ਮੈਂ ਜਿਹੜੀ ਗੱਲ ਕਰ ਰਿਹਾ ਉਹ ਇੱਕ ਨਿਰਪੱਖ, ਇੱਕ ਆਜ਼ਾਦਾਨਾ, ਇੱਕ ਪੱਤਰਕਾਰ ਦੇ ਤੌਰ ਦੇ ਉੱਤੇ ਇਹ ਗੱਲ ਕਰ ਰਿਹਾ। ਮੈਂ ਕੋਈ ਪੋਲੀਟੀਕਲ ਪੁਆਇੰਟ ਨਹੀਂ ਸਕੋਰ ਕਰਨਾ। ਔਰ ਸਭ ਤੋਂ ਵੱਡੀ ਗੱਲ ਜਿਹੜੀ ਮੈਂ ਇੱਕ ਹੋਰ ਗੱਲ ਦੱਸਦਾ ਜਿਹੜੀ ਬਹੁਤ ਖਤਰਨਾਕ ਔਰ ਡੇਂਜਰਸ ਹੈ ਉਹ ਹੈਗੀ ਹੈ ਕਿ ਵੀ ਦੇਖੋ ਇੱਕ ਪ੍ਰਧਾਨ ਮੰਤਰੀ ਹੈ ਉਹ ਆਪਣਾ ਨਾਮਜ਼ਦਗੀ ਪੱਤਰ ਜਿਹੜਾ ਉਹ ਦਾਖਲ ਕਰਨ ਜਾ ਰਹੇ ਨੇ। ਤੁਸੀਂ ਦੇਖੋ ਉਸ ਤੋਂ ਪਹਿਲਾਂ ਉਹਨਾਂ ਨੇ ਉਹ ਗਏ ਆਪਣਾ ਪੂਜਾ ਪਾਠ ਕੀਤਾ ਔਰ ਬਕਾਇਦਾ ਉਹਨੂੰ ਲੋਕਾਂ ਦੇ ਵਿੱਚ ਦਿਖਾਇਆ ਗਿਆ। ਮਤਲਬ ਵੀ ਜਿਹੜਾ ਮੀਡੀਆ ਹੈਗਾ ਉਹ ਦਿਖਾ ਰਿਹਾ ਹੈਗਾ ਕਿ ਮੋਦੀ ਸਾਹਿਬ ਕਿਵੇਂ ਉੱਥੇ ਆਰਤੀ ਕਰ ਰਹੇ ਨੇ, ਕਿਸ ਤਰ੍ਹਾਂ ਗੁਣਗਾਨ। ਇਹ ਉਹਨਾਂ ਦਾ ਨਿੱਜੀ ਮਾਮਲਾ, ਇਹ ਉਹਨਾਂ ਦਾ ਨਿੱਜੀ ਮਾਮਲਾ, ਇਹਦੇ 'ਤੇ ਕੋਈ ਇਤਰਾਜ਼ ਨਹੀਂ ਹੈਗਾ ਗਾ। ਲੇਕਿਨ ਉਹਨੂੰ ਇੱਕ ਪਬਲਿਕ ਸਪੈਕਟੇਕਲ ਬਣਾਉਣਾ ਔਰ ਤਾਂ ਕਿ ਲੋਕ ਦੇਖਣ, ਤਾਂ ਇੱਥੋਂ ਤੁਸੀਂ ਕੀ ਦੇਖੋ ਪਹਿਲਾਂ ਤੇ ਰਾਜੂ ਜੀ ਨੇ ਨਾ ਇੱਕ ਮੈਨੂੰ ਐ ਲੱਗਦਾ ਸੀ ਨਾ ਕਾਂਗਰਸ ਦੇ ਲੀਡਰ ਹੋ ਕੇ ਇੱਕ ਭਾਸ਼ਣ ਦਿੱਤਾ ਹੋਵੇ। ਜੇ ਤੁਹਾਡੇ ਤੋਂ ਕੋਈ ਸਵਾਲ ਚੁੱਕਦਾ ਤੁਸੀਂ ਉਹਨਾਂ ਨੂੰ ਕਾਂਗਰਸ ਦੇ ਬੁਲਾਰੇ ਕਿਉਂ ਕਹਿ ਦਿੰਦੇ? ਬੜੇ ਸੀਨੀਅਰ ਪੱਤਰਕਾਰ ਨੇ, ਜਿੰਨਾ ਵੱਡਾ ਜਮਹੂਰੀਅਤ ਦਾ ਕਹਾਣ ਇੰਦਰਾ ਗਾਂਧੀ ਦੇ ਟਾਈਮ ਤੇ ਕਾਂਗਰਸ ਦੇ ਟਾਈਮ ਤੇ ਹੋਇਆ, ਚਾਹੇ ਉਹ 84 ਚ ਹੋਇਆ ਚਾਹੇ ਉਹ 77 ਚ ਹੋਇਆ, ਉਸ ਤੋਂ ਵੱਡਾ ਕਾਂਡ ਹੋ ਨ਀ ਸਕਦਾ। ਚਾਹੇ ਇੱਕ ਮਿੰਟ ਦੀ ਗੱਲ ਕਰਨ ਦੋ, ਜਾਂ ਤੁਸੀਂ ਬੋਲੋ ਫਿਰ। ਚਲੋ ਮੈਂ ਬੋਲਣਾ ਰਣਜੀਤ ਸਾਹਿਬ, ਮੈਂ ਤਾਂ ਕੋਟ ਗਲਾਉਂਗਾ। 2002 ਚ ਵੀ ਹੋਇਆ, ਇੱਕ ਮਿੰਟ, 2002 ਚ ਵੀ ਹੋਇਆ, ਮੈਨੂੰ ਗੱਲ ਨਹੀਂ ਕਰਨੀ। ਨਹੀਂ ਬੁੱਲਰ ਸਾਹਿਬ ਨਾਲੋਂ ਜੋੜੋ 2004 ਤੋਂ ਲਗਾਤਾਰ ਹੋ ਰਿਹਾ ਹੈ। ਨਹੀਂ ਤੁਸੀਂ ਨਾਲੇ ਮੈਨੂੰ ਮੌਕਾ ਦਿੱਤਾ ਜਾਂ ਮੈਨੂੰ ਮੌਕਾ ਦਿਓ ਤੁਸੀਂ ਨਾ ਮੌਕਾ ਦੇ ਰਹੇ ਨਾ। ਨਹੀਂ ਨਹੀਂ ਤੁਸੀਂ ਗੱਲ ਕਰਨਾ ਮੌਕਾ, 84 77 ਜੋੜ ਲਿਆ, 2002 ਵੀ ਜੋੜੋ ਨਾ ਫਿਰ। ਇਸਰਾ ਜੀ ਤੁਸੀਂ ਫਿਰ ਸਾਰੀ ਤੁਸੀਂ ਗੱਲ ਕਰ ਲਓ ਫਿਰ, ਨਾ ਕਰਨ ਦਿਓ ਗੱਲ, ਤੁਸੀਂ ਕਰਨੀ ਨਹੀਂ ਦੇਣੀ। ਬੋਲੋ ਬੋਲੋ ਬੁੱਲਰ ਸਾਹਿਬ ਬੋਲੋ। ਦੂਸਰੀ ਗੱਲ ਕੀ ਰਾਹੁਲ ਗਾਂਧੀ ਉੱਥੇ ਮੰਦਰ ਚ ਮੱਥਾ ਟੇਕ ਰਿਹਾ ਸੀ ਤੁਹਾਨੂੰ ਮੀਡੀਆ ਨੇ ਨੀ ਦਿਖਾਇਆ ਜਦੋਂ ਨੋਮੀਨੇਸ਼ਨ ਨੂੰ ਫਾਈਲ ਕਰਨ ਗਿਆ? ਕੀ ਦੂਸਰੇ ਲੀਡਰਾਂ ਨੂੰ ਜਿਹੜੇ ਵੱਡੇ ਵੱਡੇ ਲੀਡਰ ਗਏ ਨੇ ਕਿ ਉਹਨਾਂ ਨੂੰ ਨੀ ਦਿਖਾਇਆ ਮੀਡੀਆ ਨੇ? ਅਗਰ ਮੋਦੀ ਨੂੰ ਦਿਖਾ ਤਾ ਤਾਂ ਉਹਦੇ ਢਿੱਡ ਚ ਪੀੜ ਕਿਉਂ ਆ ਸਾਰਿਆਂ ਦੇ? ਉਹ ਸਿਰਫ ਮੋਦੀ ਹੀ ਕਿਉਂ ਨਾ ਜਾਂਦਾ? ਗੱਲ ਕਰਨ ਦੋ ਤੁਸੀਂ, ਚਲੋ ਜਦੋਂ ਮੈਂ ਗੱਲ ਖਤਮ ਕਰ ਲੂ ਫਿਰ ਜਵਾਬ ਦੇ ਲਿਓ। ਠੀਕ, ਸਿਰਫ ਮੋਦੀ ਹੀ ਕਿਉਂ ਨਜ਼ਰ ਆ ਰਿਹਾ ਕਿ ਮੋਦੀ ਉੱਥੇ ਗਿਆ ਤੇ ਉਹਦੀ ਮੀਡੀਆ ਨੇ ਦਿਖਾਇਆ, ਬਾਕੀਆਂ ਲੋਕਾਂ ਨੂੰ ਮੀਡੀਆ ਦਿਖਾ ਰਿਹਾ? ਔਰ ਮੇਰੇ ਕਾਂਗਰਸ ਦੇ ਪ੍ਰਵਕਤਾ ਇੱਥੇ ਕਹਿ ਰਹੇ ਸੀ ਜੀ ਪ੍ਰਿਯੰਕਾ ਗਾਂਧੀ ਨੇ ਨਹੀਂ ਕਿਹਾ, ਦੁਨੀਆ ਜਹਾਨ ਦੇ ਮੀਡੀਆ ਦੇ ਉੱਤੇ ਇਹਨੇ ਪਿੱਟ ਪਿੱਟ ਕੇ ਕਿਹਾ ਜੀ ਮੈਂ ਵਾਰਾਣਸੀ ਤੋਂ ਇਲੈਕਸ਼ਨ ਲੜਨ ਨੂੰ ਤਿਆਰ ਹੈ, ਮੈਨੂੰ ਅਗਰ ਹਾਈ ਕਮਾਂਡ ਹੁਕਮ ਕਰੇਗੀ ਮੈਂ ਜਾ ਕੇ ਲੜਾਂਗੀ। ਲੇਕਿਨ ਹੁਣ ਡਰ ਲੱਗ ਗਿਆ, ਦੌੜ ਕਿਉਂ ਗਏ? ਲੋਕਤੰਤਰ ਹੈ, ਲੋਕਤੰਤਰ ਹੈਗਾ ਤੇ ਫਿਰ ਲੜਦੇ ਆ ਕੇ ਨਾ, ਲੋਕਤੰਤਰ ਹੈ। ਮੋਦੀ ਸਾਹਿਬ ਕਹ ਰਹੇ ਸਨਮਾਨ ਕਰਨਾ ਚਾਹੀਦਾ, ਕੋਈ ਦੁਸ਼ਮਣ ਨਹੀਂ ਹੈ ਸਾਡਾ, ਅੱਜ ਸਨਮਾਨ ਕਰੋ ਨਾ, ਇਸ ਫੈਸਲੇ ਦਾ ਸਨਮਾਨ ਕਰੋ। ਅੱਜ ਬਹੁਤ ਸਾਰੇ ਲੋਕਾਂ ਨੂੰ ਤਾਂ ਇਸ ਗੱਲ ਤੋਂ ਵੀ ਤਕਲੀਫ ਹੈ ਕਿ ਮੋਦੀ ਸਾਹਿਬ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾਂ ਦੇ ਜਾ ਕੇ ਗੋਡੀਆਂ ਹੱਥ ਲਾਤੇ, ਉਹਨਾਂ ਦੀ ਰਿਸਪੈਕਟ ਕੀਤੀ, ਉਹ ਕਿਉਂ ਕੀਤੀ? ਠੀਕ ਹੈ, ਅੱਜ ਇਸ ਗੱਲ ਤੋਂ ਵੀ ਤਕਲੀਫ ਹੈ ਕਿ NDA ਜਿਹੜਾ ਇਕੱਠਾ ਨਜ਼ਰ ਆ ਰਿਹਾ ਸਾਰਾ, ਔਰ ਦੂਸਰੇ ਪਾਸੇ ਜਿਹੜੇ ਦਲਦਲ ਹੈ ਉਹ ਇਕੱਠੀ ਨਜ਼ਰ ਨਹੀਂ ਆ ਰਹੀ ਕਿਤੇ ਵੀ, ਉਹ ਦਲਦਲ ਹੋਈ ਫਿਰਦੀ ਹੈ। ਇੱਕ ਮਿੰਟ ਰਾਜੂ ਜੀ, ਹਰਜੀਤ ਬੁੱਲਰ, ਤੁਸੀਂ ਗੱਲ ਕਹਿ ਰਹੇ ਹੋ ਕਿ ਬਾਦਲ ਸਾਹਿਬ ਉਹਨਾਂ ਨੇ ਪੈਰੀ ਹੱਥ ਲਾਏ, ਬਹੁਤ ਵਧੀਆ ਜੈਸਚਰ ਹੈ, ਠੀਕ ਹੈ, ਲੋਕ ਵੈਲਕਮ ਵੀ ਕਰਨਗੇ, ਇਹ ਸਾਡੀ ਸੰਸਕ੍ਰਿਤੀ ਹੈਗੀ, ਉਮਰ 'ਚ ਵੱਡੇ ਆ, ਪਰ 5 ਸਾਲ ਵਿੱਚ ਪ੍ਰਕਾਸ਼ ਸਿੰਘ ਬਾਦਲ ਦੇ ਪੈਰੀ ਹੱਥ ਲਾਉਣ ਵਾਲੀ ਤਸਵੀਰ ਅੱਜ ਹੀ ਕਿਉਂ ਦਿਖਦੀ ਪਈ ਹੈ? ਔਰ ਉਹ ਇਥੋਂ ਮਗਰ ਮਗਰ ਦਿਖਾਉਂਦੇ ਰਹੇ ਆ, ਕਦੀ ਕੋਈ ਪੰਜਾਬ ਦਾ ਦਿਖਾ ਰਹੇ ਹੋ ਅੱਜ ਨਾ ਠੱਗ ਬੰਦਨ ਜਿੰਨਾ ਕਰਕੇ ਅੱਜ ਤੁਸੀਂ ਦਿਖਾ ਰਹੇ ਹੋ, ਮੀਡੀਆ ਦਿਖਾ ਰਿਹਾ ਅੱਜ ਨੂੰ। ਇੱਕ ਮਿੰਟ ਪਲੀਜ਼ ਰਾਜੂ ਵੀ ਮਾਰਿਆ, ਰਣਜੀਤ ਮਹਿਤਾ, ਤੁਹਾਨੂੰ ਤਕਲੀਫ ਕੀ ਹੈਗੀ ਮੋਦੀ ਸਾਹਿਬ ਤੋਂ? ਉਹਨਾਂ ਨੇ ਤਾਂ ਅੱਜ ਤਾਂ ਬਹੁਤ ਸੋਹਣਾ ਬੋਲਿਆ ਉਹਨਾਂ ਨੇ। ਦੇਖਿਓ, ਸਾਨੂੰ ਕੋਈ ਮੋਦੀ ਸਾਹਿਬ ਤੋਂ ਤਕਲੀਫ ਨਹੀਂ, ਮੋਦੀ ਜੀ ਜਿਸ ਅੰਦਾਜ਼ ਨਾਲ ਬੋਲਦੇ ਨੇ,
जिस अंदाज नाल झूठ बोलते ने असी पहला भी ये कहते कि देश का चौकीदार चोर है और मैं अज फिर दोबारा इस एयर दे कह रही है कि चौकीदार चोर है सानू उस कहने कोई शर्म नहीं है अगर कोई चोरी करेगा तो चोर कहलाएगा लोकतंत्र की हत्या उदो होंगी है जो अद्धी रात को सीबीआई के डायरेक्टर बदल दिए जाते हैं लोकतंत्र और जमहूरियत की हत्या तद होंगी है जब तीन तीन सुप्रीम कोर्ट के जजा बाहर आके कहना पैंदा है कि लोकतंत्र खतरे के विच है अज तुसी देश का हाल की करता कभी तुसी सेना के नाम से वोट मंगते हो कभी मोदी जी अपने पिछड़ा दसते हैं कि मैं पिछड़ा मैनू गाल कढ़ी है अरे यह गुमराह करना लोगों को बंद कर दो जेड़े तुसी वादे किए गंगा नू साफ करांगे जेड़ा तुसी उत्थे प्रोजेक्ट से पैसे पास किए थे ओदा 9% भी पास पैसा तुसी उत्थे नहीं लाया गंगा घाट साफ करना तां ठीक है तुहाडी गल तो असीं गंगा ते क्यों रुके होए आ गंगा अज थोड़ी मैली होई है मैं तुहानू दसदा रही हां जेड़ा इन्ना करोड़ों रुपए दे बजट उत्थे पास किए गए 24,672 करोड़ प्रस्तावित किया गया सी मोदी जी ने लोगों की वाहवाही लुटन नू मात्र 4,994 करोड़ रुपए खर्च होए मैं नहीं कह रही एक कैग दी रिपोर्ट कह रही है उन्होंने नवा नारा देता ना 2022 दा 2022 तक गंगा साफ हो मैं तुम दस रही हां 114 दिन तक ओथे स्वामी ज्ञान स्वरूप जी ओदे ऊपर बैठे रहे अनशन दे ऊपर कि गंगा साफ कर दो गंगा साफ कर दो उन्होंने अपने प्राण त्याग ते पर मोदी जी एक बार भी सुध लैने गए जो जो गंगा इन्हों बुलाई है उत्थे बैठे साध अपनी जान दे रहे हैं गंगा साफ करने वास्ते तो थोड़ा गंगा की याद नहीं आती और जो जो इलेक्शन आता है तुम गंगा के पुत्र बन जाते हो तुम गंगा बुलाने लग जाती है नमामी गंगा प्रोजेक्ट 70% काम हल तक शुरू तक नहीं हुआ गंगा में तुम किश्ती लेकर उतरते पे मैं मेरी बोलियो जो थोड़ी बारी मैं बोलेंगे उस गंगा में किश्ती को तोरती सी देखो जी किश्ती दे विच तुरकी ते गंगा विच सफर हुंदा है साडे असी कोई पहली वारी बैठे नहीं तुसी गंगा दा सहारा ले रहे सी ना फिर क्यों गंगा दा सहारा क्यों अगर प्रियंका गांधी किश्ती च बह के मत्था टेकन जांदी है ते इन्हां नूं तकलीफ क्यों हो जांदी है ओ तां शुरू तो इस किश्ती च तुसी तरके जाओ भावें ओथे दा सफर दा शुरू एक छोटा ब्रेक लेना ब्रेक तों वापस आवांगे लोकतंत्र दी किश्ती दे विच सियासत किन्नी सवार है गिया बहुत सारे सवाल है गिया कल्ला गंगा ते सियासत करके लोकतंत्र जित जावेगा सवाल बड़ा महत्वपूर्ण ब्रेक तों वापस आवांगे ए पुछांगे जरूर किवें जित्तेगी जमहूरियत जमहूरियत नूं जिउंदा रखण लई सियासत ने पिछले 5 साल च की कीता जगतार सिंह संघेड़ा आम आदमी पार्टी सियासत बदलना आई सी मैं हर डिबेट विच इह गल कहिंदा ते इह गल तुहाडी लोक वी सुणदे सीगे संघेड़ा साहब जमहूरियत तां जिंदी है जमहूरियत तां जिंदा रहिंदी है जे असीं सारे धर्मां दा असीं सारी लोकाई दा सन्मान करिए असीं उन्हां नूं वंड के ना देखिए तां जमहूरियत जिंदी है जिन्ना कि मैं पढ़िया समझिया हैगा बाकी तुसीं बेहतर जानदे हो बड़े तजर्बे करो संघेड़ा साहब जो तुहाडे सुप्रीमो इह गल कहिण कि हिंदू है जिहड़ा उह नाराज़ है कांग्रेस नालों ते मुसलमान कन्फ्यूज़ हैगा इह जमहूरियत नूं जिताउण वाले बयान है जो जिस तरह दोवे पार्टियां कोशिश कर रही है वर्गीकरण करने की या होर भी बीजेपी जिहड़ी है तुसी उस वर्गीकरण च कूद गए ना फिर नहीं असी नहीं रुजे तुसी अडॉप्ट कर लिया उस वर्गीकरण गल सुनो असी जमहूरियत दे असी तां विक्टिम आ इन्हां दी एंटी जमहूरियत एक्टिविटीज दे तुसी दिल्ली दे विच देखो एक प्रधान एक पासे प्रधानमंत्री ने देश दे प्रधानमंत्री एक पासे दिल्ली सूबा भी नहीं सूबी है उन्हां कोल तां पुलिस भी नहीं है म्यूनसिपल कारपोरेशन है उन्हां दे मुख्यमंत्री नूं किद्दां खुंजे लाया जांदा रहा किद्दां उन्हां दे प्रोग्रेसिव काम पॉजिटिव कामां च विघन पाया जांदा रहा एलजी राही लेफ्टिनेंट जनरल गवर्नर राही ते मतलब 6 बारी सीबीआई दे छापे सीएम दे दफ्तर च सीएम दे घर च छापा बार बार छापे मारे गए 15 MLA नू रातों रात चोरां वांगू देश दे प्रेजिडेंट तो फाइल करवा कर डिसमिस करवाया गया अपना उहदे राही चोन कमीशन राही किन्ने MLA ते झूठे मुकदमे दर्ज किए गए जिन्हां चों बरी भी होए आ फास्ट ट्रैक अदालतां सिर्फ MLA दे केस जिहड़े आ उहनां नूं फसाउण लई बणाईआं गईआं होर कितें इदां दी उदाहरण नहीं मिलदी जदके सारे सियासी लोकां लई फास्ट ट्रैक अदालतां बढ़ाओ तां कि इहनां दे बंदे फसण सारे ही बरी होए आ किसे भी केस च सजा नहीं होई राजनीति दोस्ती प्रेम जरूरी है जो खत्म होंगे जा रहा है वापस लिया
ਅਸੀਂ ਤਾਂ ਇਹਨਾਂ ਦੀ ਲੋਕ ਵਿਰੋਧੀ ਗੱਲਾਂ ਜਿਹੜੀਆਂ ਜਮਹੂਰੀਅਤ ਵਿਰੋਧੀ ਗੱਲਾਂ ਹੈ ਉਹਨਾਂ ਦੇ ਬਾਰੇ ਸਪਸ਼ਟ ਦੱਸ ਰਹੇ ਹਾਂ। ਦੋਸਤ ਦੀ ਕੀ ਗੱਲ, ਅਸੀਂ ਤਾਂ ਫਿਰ ਦੇਖੋ IAS ਆਫੀਸਰਸ ਦੀ ਲੌਬੀ ਬਣਾ ਕੇ ਉਹਨਾਂ ਕੋਲੋਂ ਸਟ੍ਰਾਈਕ ਕਰਵਾਤੀ, ਸਾਨੂੰ ਧਰਨਾ ਦੇਣਾ ਪਿਆ, ਅਸੀਂ ਸੁਪਰੀਮ ਕੋਰਟ ਤੱਕ ਗਏ ਹਾਂ। ਸੁਪਰੀਮ ਕੋਰਟ ਨੇ ਕਿਹਾ ਵੀ ਕਿਉਂ ਫਾਈਲਾਂ ਇਹਨਾਂ ਦੀਆਂ ਰੋਕੀ ਬੈਠੇ ਹੋ ਤੁਸੀਂ ਇੰਨੇ ਜ਼ਮੀਨੇ। ਰਾਜੂ ਵਿਲੀਅਮ ਇਹ ਆਮ ਆਦਮੀ ਪਾਰਟੀ ਨੇ ਫੋਕਸ ਸਿਰਫ ਦਿੱਲੀ ਹੀ ਕਰ ਲਿਆ, ਜਮਹੂਰੀ ਦੀ ਜੰਗ ਪੂਰੇ ਮੁਲਕ ਵਿੱਚ ਹੈ ਜਾਂ ਸਿਰਫ ਦਿੱਲੀ ਵਿੱਚ ਹੈ ਤੇ ਜੰਮੂ ਕਸ਼ਮੀਰ ਵਿੱਚ ਵੱਖਰੀ? ਜਿੱਥੇ ਅਸੀਂ ਆਵਾਂਗੇ ਉੱਥੇ ਹੀ ਚੱਲਦਾ ਆ ਰਿਹਾ। ਦੇਖੋ ਗੱਲ ਹੈ ਮੁੱਦੇ ਦੀ, ਬੜੀ ਇਹ ਬਹੁਤ ਗੰਭੀਰ ਜਿਹੜਾ ਹੈ ਇਹ ਵਿਸ਼ਾ ਹੈ। ਇਹ ਜਮਹੂਰੀਅਤ ਦਾ ਸਵਾਲ ਜਿਹੜਾ ਹੈਗਾ ਉਹ ਕਿਸੇ ਇੱਕ ਪੋਲੀਟੀਕਲ ਪਾਰਟੀ ਜਾਂ ਕਿਸੇ ਰੀਜਨ ਦਾ ਨਹੀਂ, ਇਹ ਪੂਰੇ ਹਿੰਦੁਸਤਾਨ ਦਿੰਦਾ। ਦੇਖੋ ਮੈਂ ਇੱਕ ਬੜੀ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਜੋ ਮੇਰਾ ਵਿਚਾਰ ਹੈ ਉਹ ਇਹ ਹੈਗਾ ਕਿ ਵੀ ਜਿਹੜਾ ਜਿਹੜੀ ਜਮਹੂਰੀਅਤ ਹੈ ਨਾ ਇਹ ਬੇਸਿਕਲੀ ਨਾ ਇਹ ਇੱਕ ਜਜ਼ਬਾ ਹੈ, ਜਿਵੇਂ ਸਮਾਜਵਾਦ ਹੈ ਇਹ ਜਜ਼ਬਾ ਹੈ, ਬਾਕੀ ਇੱਕ ਪ੍ਰਣਾਲੀ ਹੈ, ਸਿਸਟਮ ਹੈ, ਵੋਟਾਂ ਜਿਹਦੇ ਰਾਹੀਂ ਇਹ ਜਮਹੂਰੀਅਤ ਦਾ ਜਜ਼ਬਾ ਓਪਰੇਟ ਕਰਦਾ, ਫੰਕਸ਼ਨ ਕਰਦਾ। ਠੀਕ ਹੈ, ਇਹ ਲੱਗ ਰਿਹਾ ਹੈਗਾ ਕਿ ਜਿਸ ਕਿਸਮ ਦੀ ਫੰਕਸ਼ਨਿੰਗ ਹੈ, ਉਹ ਮੈਂ ਸਿਰਫ ਬੀਜੇਪੀ ਦੀ ਗੱਲ ਨਹੀਂ ਕਰ ਰਿਹਾ, ਮੈਂ ਵਿੱਚ ਕਾਂਗਰਸ ਨੂੰ ਵੀ ਇਸੇ ਵਲੇਟੇ 'ਚ ਲੈਣਾ ਹੈਗਾ ਕਿ ਵੀ ਜਿਸ ਕਿਸਮ ਦੀ ਫੰਕਸ਼ਨਿੰਗ ਹੋਈ ਹੈ ਤਾਂ ਹੀ ਅਸੀਂ ਅੱਜ ਇਸ ਕਗਾਰ 'ਤੇ ਪਹੁੰਚੇ ਹਾਂ ਕਿ ਇਹ ਸਵਾਲ ਪੈਦਾ ਹੋ ਗਿਆ ਮੋਦੀ ਜੀ ਨੂੰ ਕਹਿਣਾ ਪੈ ਰਿਹਾ ਹੈ ਕਿ ਜਮਹੂਰੀਅਤ ਕੋ ਜਿੱਤਣਾ ਹੈ। ਤੁਹਾਡੀ ਗੱਲ ਤੇ ਅੱਗੇ ਤੋਰ ਰਿਹਾ, ਇਹਦਾ ਮਤਲਬ ਇਹ ਹੈ ਕਿ ਪਿਛਲੀਆਂ ਸਰਕਾਰਾਂ ਨੇ UPA ਕਾਂਗਰਸ ਜਿਨ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ, ਹੋਰ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਸਰਕਾਰਾਂ ਨੇ ਜਿਹੜੀ ਲਾਈਨ ਖਿੱਚੀ ਸੀ ਉਸ ਤੋਂ ਲੰਬੀ ਲਾਈਨ ਮੋਦੀ ਸਾਹਿਬ ਨੇ ਖਿੱਚੀ ਹੈ, ਇਸ ਲਈ ਜਮਹੂਰੀਅਤ ਨੂੰ ਖਤਰਾ ਪੈਦਾ ਹੋ ਗਿਆ। ਬਿਲਕੁਲ 100% ਸਹੀ, ਉਹਦੇ ਰੀਜ਼ਨ ਮੈਂ ਤੁਹਾਨੂੰ ਦੱਸਦਾ। ਜਮਹੂਰੀਅਤ ਦਾ ਜਿਹੜਾ ਸਭ ਤੋਂ ਖਤਰਨਾਕ ਜਿਹੜਾ ਐਂਟੀਡੋਟ ਜਿਹਨੂੰ ਕਹਿੰਦੇ ਹੈਗੇ ਹੈ ਉਹ ਗੱਲ ਹੈਗੀ, ਉਹ ਹੈਗੀ ਹੈ ਫਿਰਕਾ ਪ੍ਰਸਤੀ, ਕਮਿਊਨਲਿਜ਼ਮ। ਹਿੰਦੁਸਤਾਨ ਵਰਗਾ ਮੁਲਕ ਜਿਹੜਾ ਹੈ ਜਿਹਦੀ 5000 ਸਾਲ 10000 ਸਾਲ ਦੀ ਜਿਹੜੀ ਸੱਭਿਅਤਾ ਹੈ ਉਹ ਜਮਹੂਰੀ ਸੱਭਿਅਤਾ ਹੈ, ਜਿਹਦੇ 'ਚ ਅੱਡ ਅੱਡ ਪ੍ਰਕਾਰ ਦੇ ਭਿੰਨ ਭਿੰਨ ਬੋਲੀਆਂ ਬੋਲਣ ਵਾਲੇ ਅਲੱਗ ਅਲੱਗ ਸੱਭਿਆਚਾਰ ਦੇ ਲੋਕ, ਅਲੱਗ ਅਲੱਗ ਖਾਣ ਪੀਣ ਖਾਣ ਪਾਣ ਵਾਲੇ ਲੋਕ ਉਹ ਆ ਕੇ ਰਹਿੰਦੇ ਰਹੇ ਹੈ, ਇੱਕ ਪੀਸਫੁੱਲ ਕੋ ਐਗਜ਼ਿਸਟੈਂਸ ਉਹਨਾਂ ਦੀ ਹੁੰਦੀ ਰਹੀ ਹੈ, ਤਾਂ ਅਸੀਂ ਉਹਦੇ 'ਚ ਇਵੋਲਵ ਹੋ ਕੇ ਅੱਜ ਇੱਥੇ ਪਹੁੰਚੇ ਹਾਂ। ਹੁਣ ਪ੍ਰੋਬਲਮ ਕੀ ਹੋ ਰਹੀ ਹੈ ਕਿ ਇਹ ਜਿਹੜਾ ਜਮਹੂਰੀ ਢਾਂਚਾ ਹੈਗਾ, ਇਹ ਕੋ ਐਗਜ਼ਿਸਟੈਂਸ ਵਾਲਾ ਜਿਹੜਾ ਢਾਂਚਾ ਹੈਗਾ, ਇਹ ਮੇਲ ਮਿਲਾਪ ਨਾਲ ਰਹਿ ਕੇ ਜਿਉਣ ਦਾ ਢਾਂਚਾ ਹੈ, ਇਹ ਜੀਓ ਅਤੇ ਜਿਉਣ ਦਾ ਜਿਹੜਾ ਸੰਕਲਪ ਹੈਗਾ, ਇਸ ਨੂੰ ਜੇ ਖੇਰੂ ਕਰਨਾ ਤਾਂ ਉਹਦਾ ਇੱਕੋ ਹੀ ਇੱਕ ਤਰੀਕਾ ਹੈ ਕਿ ਲੋਕਾਂ ਨੂੰ ਇਹ ਕਹੋ ਵੀ ਤੂੰ ਹਿੰਦੂ ਹੈ, ਮੈਂ ਮੁਸਲਮਾਨ ਹੈ, ਜਾਂ ਮੈਂ ਮੁਸਲਮਾਨ ਹੈ, ਤੂੰ ਹਿੰਦੂ ਹੈ, ਸਿੱਖ ਹੈ, ਉਹ ਈਸਾਈ ਹੈ। ਸਾਡੀ ਜਿਹੜੀ ਆਜ਼ਾਦੀ ਦੀ ਜੱਦੋਜਹਿਦ ਹੈ ਜਿਹਦੇ ਵਿੱਚੋਂ ਹਿੰਦੁਸਤਾਨ ਨੇਸ਼ਨ ਜਿਹੜਾ ਉੱਭਰ ਕੇ ਆਇਆ ਉਹ ਆਪਸ 'ਚ ਕੌਣ ਕਿਸੇ ਨੂੰ ਜਾਣਦਾ ਸੀ, ਨਾ ਉਦੋਂ ਟੈਲੀਫੋਨ ਸੀ, ਨਾ ਉਦੋਂ ਸੜਕਾਂ ਸੀ, ਨਾ ਉਦੋਂ ਰੇਲਾਂ ਸੀ, ਤਾਂ ਇੱਕ ਜਜ਼ਬਾ ਸੀ ਜਿਹਨੇ ਇੱਕ ਦੂਸਰੇ ਨੂੰ ਜੋੜਿਆ, ਹਿੰਦੂ ਮੁਸਲਿਮ ਸਿੱਖ ਈਸਾਈ ਆਪਸ ਮੇ ਹੈ ਭਾਈ, ਇਹ ਜਿਹੜਾ ਸੰਕਲਪ ਹੈ ਇਹ ਇਸ ਜਜ਼ਬੇ 'ਚੋਂ ਨਿਕਲਿਆ। ਹੁਣ ਮੈਂ ਗੱਲ ਇਹ ਕਹਿਣੀ ਜਿਹੜੇ ਤੁਸੀਂ ਕਿਹਾ ਹੈਗਾ ਕਿ ਇਹ ਕਦੋਂ ਤੋਂ ਪ੍ਰੋਬਲਮ ਸ਼ੁਰੂ ਹੋ ਗਈ ਹੈ, ਕਦੋਂ ਤੋਂ ਜਮਹੂਰੀਅਤ ਦਾ ਜਿਹੜਾ ਕੋਨਸੈਪਟ ਹੈ ਇਹਨੂੰ ਢਾਲ ਲੱਗਣੀ ਸ਼ੁਰੂ ਹੋਈ ਹੈ? ਇਹ ਉਦੋਂ ਤੋਂ ਹੋਈ ਹੈ ਜਦੋਂ ਫਿਰਕੂ ਆਧਾਰ ਦੇ ਉੱਤੇ ਪੋਲੀਟੀਕਲ ਪਾਰਟੀਆਂ ਨੇ ਆਪਸ 'ਚ ਕੰਪੀਟੀਸ਼ਨ ਸ਼ੁਰੂ ਕਰਤਾ। ਉਹ ਕਹਿੰਦੇ ਹੁਣ ਤੁਸੀਂ ਆਪਣੇ ਨੈਸ਼ਨਲ ਮੀਡੀਆ 'ਤੇ ਦੇਖੋ, ਇੱਕ ਆਮ ਚਰਚਾ, ਸੌਫਟ ਹਿੰਦੂ ਤਵਾ, ਹਾਰਡ ਹਿੰਦੂ ਤਵਾ, ਵੀ ਇਹਦਾ ਮਤਲਬ ਕੀ ਹੈਗਾ? ਕਾਂਗਰਸ 'ਤੇ ਇਲਜ਼ਾਮ ਇਹ ਲੱਗਦਾ ਹੈ, ਰਾਜੀਵ ਗਾਂਧੀ ਜੀ ਇਹਨਾਂ ਦੇ ਜਿਹੜੇ ਮਰਹੂਮ ਆਪਣਾ ਪ੍ਰਧਾਨ ਮੰਤਰੀ ਸੀ, ਸਾਰਿਆਂ ਦੇ ਪ੍ਰਧਾਨ ਮੰਤਰੀ ਸੀ ਉਹ, ਕਿ ਜੀ ਅਯੋਧਿਆ ਦੇ ਮਸਲੇ ਦੇ ਉੱਤੇ ਉਹ ਤਾਲੇ ਖਲਵਾਏ ਗਏ ਜੀ ਸਭ ਤੋਂ ਪਹਿਲਾਂ, ਔਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਖਾਸ ਵੋਟ ਬੈਂਕ ਨੂੰ ਪਲੀਜ਼ ਕਰਨ ਲਈ ਰਹੀ ਹੈ ਪੋਲਿਸੀ। ਮੈਂ ਬਾਬਰੀ ਮਸਜਿਦ ਨੂੰ ਜਿਹੜਾ ਢਾਈ ਗਈ ਹੈ ਉਹਨੂੰ ਵੀ ਇਸੇ ਪਰਸਪੈਕਟਿਵ 'ਚ ਦੇਖਦਾ ਹਾਂ। ਉਹਦੇ ਤੋਂ ਅੱਗੇ ਲੰਘਣਾ, ਬੀਜੇਪੀ ਨੇ ਅੱਗੇ ਲੰਘਣਾ, ਤਾਂ ਉਹਨਾਂ ਨੇ ਨੰਗੇ ਚਿੱਟੇ ਹੋ ਕੇ ਪਹਿਲੀ ਵਾਰੀ ਹਿੰਦੁਸਤਾਨ ਦੇ ਇਤਿਹਾਸ ਦੇ ਵਿੱਚ, ਹਿੰਦੁਸਤਾਨ ਦਾ ਜਿਹੜਾ ਚੁਣਾਵੀ ਇਤਿਹਾਸ ਹੈ, ਇਲੈਕਟੋਰਲ ਹਿਸਟਰੀ, ਪਹਿਲੀ ਵਾਰੀ ਹੈ ਕਿ ਸ਼ਰੇਆਮ ਕਿਹਾ ਹੈਗਾ ਕਿ ਮੁਝੇ ਗੰਗਾ ਮਈਆ ਨੇ ਬੁਲਾਇਆ ਹੈ। ਉਸ ਤੋਂ ਬਾਅਦ ਅਸੀਂ ਸਾਰੇ ਕਰਦੇ ਨੇ, ਨਾ ਬੀਜੇਪੀ ਨੂੰ ਮੈਂ ਕਹਿੰਦਾ ਕਰ ਲੇ ਇਹ ਦੂਸਰੇ, ਲੇਕਿਨ ਬੀਜੇਪੀ ਵਿੱਚ ਬੜੀ ਬੜੀ ਵਿਟਰੋਲਿਕ ਫਾਰਮ ਜਿਹੜੀ ਹੈਗੀ ਆ ਉਹਦੇ ਵਿੱਚ ਸਮਝ ਆ ਬਹੁਤ ਡੇਂਜਰਸ ਹੈ। ਰੰਜੀਤਾ ਮਹਿਤਾ, ਜਦੋਂ ਤੱਕ ਸਿਆਸਤ ਹਿੰਦੂ ਮੁਸਲਮਾਨ ਸਿੱਖ ਈਸਾਈ ਕਰਦੀ ਰਹੇਗੀ, ਵੋਟਾਂ ਵੜਦੀ ਰਹੇਗੀ, ਵੋਟਾਂ ਨਾਲ ਧਰੂਵੀਕਰਨ ਕਰਦੀ ਰਹੇਗੀ, ਉਹ ਤੱਕ ਜਮਹੂਰੀਅਤ ਜਿੱਤ ਨਹੀਂ ਸਕਦੀ। ਇਹ ਧਰੂਵੀਕਰਨ ਕਰਨਾ ਸ਼ੁਰੂ ਕਿਹਨੇ ਕੀਤਾ? ਗੱਲ ਤਾਂ ਇਹੀ ਮੁੱਦਾ ਦਾ, ਅਸਲ ਮੁੱਦਾ ਤਾਂ ਇਹੀ ਹੈ। ਅੱਜ ਤੱਕ ਜਿੰਨਾ ਜ਼ਹਿਰ ਹਰ ਪ੍ਰਦੇਸ਼ ਵਾਈਜ਼, ਮੈਂ ਤੁਹਾਨੂੰ ਦੱਸ ਸਕਦੀ ਹਾਂ ਕਿ ਜਿਸ ਤਰੀਕੇ ਦਾ ਜ਼ਹਿਰ ਘੋਲਿਆ ਗਿਆ ਕਿ ਹਿੰਦੂਆਂ ਨੂੰ ਮੁਸਲਮਾਨਾਂ ਨਾਲ ਲੜਾ ਦਿਓ, ਪਟੇਲਾਂ ਨੂੰ ਨੌਨ ਪਟੇਲਾਂ ਨਾਲ ਲੜਾ ਦਿਓ, ਜੱਟਾਂ ਨੂੰ
जे सानू ये पता लग जाए फिर तो आप दोषी नू पछाण लवांगे ना भाई इन्हें शुरू किया जो कांग्रेस वाले है वह कहते हैं जी तुम 2002 च की होया जी और बीजेपी वाले कहते जी 1984 च की होया जी मैं कहना है कि बई ये गल का नितारा करूगा कौन इसका नितारा हिंदुस्तान के लोग हिंदुस्तान कोई डिफरेंस नहीं है कोई डिफरेंस नहीं है कतलेआम सी राष्ट्रवादी नेता महात्मा गांधी जी नू गोली मारी नथू राम गोडसे ने जे आप इस चक्कर ची पै जाइए ना तो फिर गांधी फिर भगत सिंह शहीद कराने वाले भी महात्मा गांधी वर्गे लोग गलत गल है परसेप्शन बन गया जी महात्मा गांधी चाहते तो यह हो जाता एक छोटा ब्रेक लेना राजू विलियम छोटा जा ब्रेक लवेंगे ब्रेक तो वापस आवेंगे जिस मुल्क राष्ट्रवाद के नारे लगते हो जिस मुल्क धर्म के नाते सियासत की जाती हो जमहूरीत जिते किमें सवाल यह बरकरार है प्रधानमंत्री साहब कहते हैं जमहूरीत जितानी हैगी है जे जमहूरीत जितानी हैगी है तो फिर फिरका प्रस्ती ना तो जो नफरत फैलाई जा रही है उसको मुकाना पवेगा फिर ही जमहूरीत जितेगी मेरे तो वापस आ रहे हैं बड़ा सवाल यह पूछ रहे हैं जमहूरीत जिंदा रखने सियासत ने पिछले 5 साल की किया राजू विलियम मेरा सवाल यह है कि प्रधानमंत्री साहब ये बयान दे के खुद बैकफुट पर आए हैं जो उन्होंने विरोधियों को बैकफुट पर कर दिया देखो जी प्रधानमंत्री जी का ये बयान जमहूरीत जो है उसको जीतना चाहिए ए एक स्टेट्समैन दी स्टेटमेंट नहीं यह एक नरोल पॉलिटिकल लीडर दी स्टेटमेंट है प्रधानमंत्री स्टेटमेंट नहीं है ए, 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 पॉलिटिकल लीडर जेड़ा जिदी पार्टी और जेड़ा खुद इलेक्शन लड़न जा रहा है ये ओदी स्टेटमेंट है बतौर प्रधानमंत्री स्टेटमेंट नहीं है ना बिल्कुल नहीं ये स्टेट्समैन दी दा बयान नहीं है ये प्रधानमंत्री जेड़े के खुद कैंडीडेट ने जेड़े इलेक्शन ये उना दी स्टेटमेंट है एक मिनट ओदे च की है कि ये पेश कर रहे है कि भाई मैं बहुत ही लोकतांत्रिक जज्बे वाला बंदा बतौर प्रधानमंत्री तुसी मैनू इस नज़र तो वेखो ये उही गल है जिवें के पिछले दिनों दे विच आम तौर पर इंटरव्यू तो पत्रकारां नू दित्ती जांदी है लेकिन एक फिल्म स्टार नू इंटरव्यू दे के उन्हूं पेश ये कीता गया है मोदी साहब दे कि मोदी साहब एक बहुत इंसान दे तौर पर बहुत वधिया एक मानववादी बंदे ने उन्हां दी शख्सियत दे ओ पहलू उभारे गए ने जिन्हें उन्होंने ये प्रजेंट किया जाए कि जी वह तो बहुत ही एक मानवी कदर कीमत के नाल परुचे हुए जड़े है मनुख ने और जी फिल्म एक्टर के नाल जी इंटरव्यू सी मैसेज भी पोलिटिकल सीगा
ਇਸ ਕਰਕੇ ਆ ਜਿਹੜਾ ਬਿਆਨ ਹੈ ਇਹਦਾ ਵੀ ਮੈਸੇਜ ਪੋਲੀਟੀਕਲ ਹੈ, ਮੈਨੂੰ ਲੱਗਦਾ ਪਿਆ ਮੈਨੂੰ ਵੋਟਾਂ ਲੈਣ ਵਾਸਤੇ ਹੈ ਮੈਸੇਜ, ਮੈਨੂੰ ਲੱਗਦਾ ਪਿਆ ਆ ਜੀ ਲੱਗਦਾ, ਮੈਨੂੰ ਇਹ ਲੱਗਦਾ ਪਿਆ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ। ਹੁਣ ਪੱਤਰਕਾਰੀ ਜਿਹੜਾ ਕੋਰਸ ਕਰਦੇ ਆ ਅਸੀਂ ਸਾਰੇ ਲੋਕ, ਉਸ ਕੋਰਸ ਦੇ ਨਾਲ ਸਾਨੂੰ ਅਦਾਕਾਰੀ ਦਾ ਕੋਰਸ ਵੀ ਕਰਨਾ ਪਊਗਾ। ਬਿਲਕੁਲ, ਹੁਣ ਲੱਗਦਾ ਮੈਨੂੰ ਲੱਗਦਾ ਇਹ ਸਿੱਖਣਾ ਪਊਗਾ। ਤਾਂ ਹੀ ਪ੍ਰਧਾਨ ਮੰਤਰੀ ਇੰਟਰਵਿਊ ਦੇਣਗੇ, ਮੈਂ 5 ਸਾਲ ਚ ਪ੍ਰਧਾਨ ਮੰਤਰੀ ਜੀ ਨੇ ਇੱਕ ਵਾਰੀ ਮੀਡੀਆ ਫੇਸ ਕੀਤਾ, ਇੱਕ ਵਾਰ ਵੀ ਪ੍ਰੈਸ ਕਾਨਫਰੰਸ ਕੀਤੀ ਹੈ, ਪਹਿਲਾ ਪ੍ਰਧਾਨ ਮੰਤਰੀ ਹੈ ਨਹੀਂ। ਹਰਜੀਤ ਭੱਲਾ ਮੇਰਾ ਸਟੇਟਸਮੈਨ ਸਟੇਟ, ਦੇਖੋ ਮੈਂ ਇੱਕ ਸਟੇਟਸਮੈਨ ਦੀ ਗੱਲ, ਹਰਜੀਤ ਭੱਲਾ ਮੇਰਾ ਸਵਾਲ ਗਲਤ ਸੀਗਾ ਜਿਹੜਾ ਸਵਾਲ ਮੈਂ ਕੀਤਾ, ਕਿਉਂਕਿ ਅਸੀਂ ਪੱਤਰਕਾਰੀ ਕਰਕੇ ਆਏ ਆ, ਪੱਤਰਕਾਰੀ ਕਰਦੇ ਪਏ ਆ। ਤੁਸੀਂ ਇੱਕ ਚੀਜ਼ ਦੇਖੋ, ਤੁਸੀਂ ਪਿਛਲੇ ਦਿਨਾਂ ਦੇ ਵਿੱਚ ਕੱਲਾ ਅੱਜ ਅਕਸ਼ੇ ਕੁਮਾਰ ਦੀ ਸਿਰਫ ਗੱਲ ਕਰ ਰਹੇ ਹੋ ਤੁਸੀਂ, ਜਿੰਨੇ ਨੈਸ਼ਨਲ ਚੈਨਲ ਨੇ ਆਲਮੋਸਟ ਸਾਰਿਆਂ ਨੇ ਹੀ ਪ੍ਰਧਾਨ ਮੰਤਰੀ ਦੀ ਇੰਟਰਵਿਊ ਕੀਤੀ ਹੈ, ਕੱਲੇ ਕੱਲੇ ਚੈਨਲ ਨੇ ਇੰਟਰਵਿਊ ਕੀਤੀ ਔਰ ਉਹਨਾਂ ਨੇ ਦਿਖਾਈਆਂ ਨੇ, ਠੀਕ ਹੈ ਤੁਸੀਂ ਵੀ ਕਰ ਲਓ। ਤੇ ਜਮਹੂਰੀਅਤ ਨਹੀਂ, ਜਮਹੂਰੀਅਤ ਦੇਖੋ ਪ੍ਰਧਾਨ ਮੰਤਰੀ ਸਾਹਿਬ ਅੱਜ ਤੱਕ ਪ੍ਰੈਸ ਕਾਨਫਰੰਸ ਕਿਉਂ ਨਹੀਂ ਕੀਤੀ? ਦੂਸਰੀ ਗੱਲ ਭੁੱਲਰ ਸਾਹਿਬ, ਤੁਸੀਂ ਦੱਸੋਗੇ ਕਿ ਕਿਹੜੇ ਕਿਹੜੇ ਚੈਨਲ ਤੇ ਕਿਹੜੇ ਕਿਹੜੇ ਪੱਤਰਕਾਰ ਨੂੰ ਇੰਟਰਵਿਊ ਦਿੱਤੀ ਉਹਨਾਂ ਨੇ? ਤੁਹਾਡਾ ਸਵਾਲ ਹੀ ਲੈ ਰਿਹਾ ਹਰਜੀਤ ਭੱਲਰ, ਇਉਂ ਲੱਗਦਾ ਕਿ ਜਮਹੂਰੀਅਤ ਦੀ ਇਸ ਜੰਗ ਵਿੱਚ, ਇਸ ਜਮਹੂਰੀਅਤ ਦੇ ਜਸ਼ਨ ਦੇ ਵਿੱਚ ਮੀਡੀਆ ਹਾਰ ਗਿਆ? ਨਹੀਂ, ਕੋਈ ਨਹੀਂ ਹਾਰਿਆ, ਨਾ ਮੀਡੀਆ ਹਾਰਿਆ ਨਾ ਵੋਟਰ ਹਾਰਿਆ, ਮੀਡੀਆ ਡੈਮੋਕ੍ਰੇਸੀ ਡੈਮੋਕ੍ਰੇਸੀ ਦੇ ਵਿੱਚ ਜਿੰਦਾ ਹੈ, ਚੌਥਾ ਖੰਭਾ ਮੀਡੀਆ ਜਿੰਦਾ ਹੈ, ਬਿਲਕੁਲ ਜਿੰਦਾ। ਅੱਛਾ, ਕਿੰਨੇ ਅਗਰ ਜਿੰਦਾ ਹੈ, ਮੈਂ ਤਾਂ ਸੁਣ ਲਈ ਇੱਕ ਵਾਰ ਜੀ ਤਾਂ ਮੈਂ ਤਾਂ ਇੱਕ ਮਿੰਟ ਗੱਲ ਪੂਰੀ ਹੋ ਲੈਂਦਾ ਮੈਂ ਤੁਹਾਨੂੰ ਮੌਕਾ ਦਊਂਗਾ ਗੱਲ ਇਸ ਤਰ੍ਹਾਂ ਜੀ, ਪ੍ਰਧਾਨ ਮੰਤਰੀ ਅੱਜ ਇਲੈਕਸ਼ਨ ਲੜ ਰਹੇ ਨੇ, ਇਹ ਚ ਕੋਈ ਡਾਊਟ ਨਹੀਂ, ਐਜ਼ ਏ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ, ਇਹ ਚ ਕੋਈ ਡਾਊਟ ਨਹੀਂ। ਅਗਰ ਪ੍ਰਧਾਨ ਮੰਤਰੀ ਨੂੰ ਮੇਰੇ ਨਾਲ ਪ੍ਰੋਗਤਾ ਬੈਠੇ ਹੋਏ ਅੱਜ ਵੀ ਕਹਿ ਰਹੇ ਚੌਂਕੀਦਾਰ ਚੋਰ ਹੈ, ਤੇ ਇਹਨਾਂ ਦੀ ਸਾਰੀ ਪਾਰਟੀ ਦੇ ਵਿੱਚ ਜਿਹੜੇ ਟੌਪ ਲੀਡਰਸ਼ਿਪ ਹੈ ਸਾਰੀ ਚੋਰ ਹੈ, ਸਾਰੀ ਬੇਲ ਦੇ ਉੱਤੇ ਬਾਹਰ ਹੈ, ਠੀਕ ਹੈ ਕੋਈ ਵੀ ਅਲੀ ਠੀਕ ਕਰ ਲਓ ਯਾਰ, ਉਹੀ ਮੈਂ ਤੁਹਾਡਾ ਆਪਣਾ ਪਾਰਟੀ ਦਾ ਅਧਿਆਕਸ਼ ਤੜੀ ਪਾਰ ਹੈ, ਤੁਹਾਡੇ ਆਪਣੇ ਤੁਹਾਡਾ ਆਪਣਾ ਪਾਰਟੀ ਦਾ ਅਧਿਆਕਸ਼ ਬੇਲ ਤੇ ਬਾਹਰ ਹੈ, ਉਹੀ ਮਾਂ ਬੇਲ ਤੇ ਬਾਹਰ ਹੈ, ਉਹਦਾ ਜੀਜਾ ਬੇਲ ਤੇ ਬਾਹਰ ਹੈ, ਪਲੀਜ਼ ਗੱਲ ਕਰਦੇ ਹੋ ਤੁਸੀਂ, ਸਾਰੀ ਪਾਰਟੀ ਬੇਲ ਤੇ ਬਾਹਰ ਹੈ, ਸਾਰੇ ਚੋਰ ਨੇ, ਇੱਕ ਮਿੰਟ ਪਲੀਜ਼, ਕਾਦਾ ਮੈਂ ਇੱਕ ਮਿੰਟ ਪਲੀਜ਼, ਨਹੀਂ ਗੱਲ ਦਾ ਜਵਾਬ ਦਿਓ, ਗੱਲ ਕਰਦੇ ਤੁਸੀਂ, ਇੱਕ ਮਿੰਟ ਜਤਾਰ ਸਿੰਘੜਾ, ਚੌਂਕੀਦਾਰ ਚੋਰ ਜਗਤਾਰ ਸਿੰਘੜਾ, ਕਿਹੜੀ ਸਿਆਸਤ ਹੈ ਜਿਹੜੀ ਜਮਹੂਰੀਅਤ ਦੀ ਜਿੱਤ ਵਿੱਚ ਅੜਿੱਕਾ ਹੈਗੀ ਹੈ? ਇਹੋ ਜੀ ਸਿਆਸਤ, ਦੇਖੋ ਸਿਆਸਤ ਜਿਹੜੀ ਆ ਜਮਹੂਰੀਅਤ ਝੜਿੱਕਾ ਹੈਗੀ ਆ, ਦੇਖੋ ਬੇਸਿਕਲੀ ਗੱਲ ਪਤਾ ਕੀ ਆ ਕੇਪੀ ਸਿੰਘ ਜੀ, ਦੇਸ਼ ਦੇ ਮੁੱਦੇ ਹੋਰ ਨੇ, ਦੇਸ਼ ਦੇ ਮੁੱਦੇ ਨੇ ਰੁਜ਼ਗਾਰ, ਐਜੂਕੇਸ਼ਨ, ਸਿਹਤ ਸਹੂਲਤਾਂ, ਵਿਕਾਸ, ਦੇਸ਼ ਦੇ ਮੁੱਦੇ ਹੋਰ ਨੇ, ਪਰ ਇਹ ਦੋਵੇਂ ਪਾਰਟੀਆਂ, ਮੈਨੂੰ ਅਨਫੋਰਚੁਨੇਟਲੀ ਕਹਿਣਾ ਪੈ ਰਿਹਾ, ਜੋ ਕੁਛ ਤੁਸੀਂ ਆਹ ਸੀਨ ਦੇਖ ਰਹੇ ਹੋ ਇੱਦਾਂ ਹੀ ਹੁੰਦਾ ਰਿਹਾ ਸ਼ੁਰੂ ਤੋਂ, ਜ਼ਿਆਦਾ ਸਮਾਂ ਕਾਂਗਰਸ ਪਾਰਟੀ ਨੇ ਰਾਜ ਕੀਤਾ ਆ, ਜਿੱਥੇ ਕਿਤੇ ਵੀ ਫਿਰਕੂ ਨਫ਼ਰਤ ਘੋਲਣੀ ਪਈ ਹੈ ਕਾਂਗਰਸ ਨੇ ਘੋਲੀ ਹੈ, ਜਿੱਥੇ ਕਿਤੇ ਵੀ ਜਮਹੂਰੀਅਤ ਦਾ ਨੁਕਸਾਨ ਕਰਨਾ ਪਿਆ ਕੀਤਾ ਆ, ਐਮਰਜੈਂਸੀ ਲਾਉਣੀ ਹੈ ਕਿ ਸਭ ਤੋਂ ਵੱਡਾ ਜਮਹੂਰੀਅਤ ਹਮਲਾ ਸੀਗਾ ਇਹ 'ਚ ਕੋਈ ਸ਼ੱਕ ਨਹੀਂ ਹੈ, ਦਰਬਾਰ ਸਾਹਿਬ 'ਤੇ ਹਮਲਾ ਕਰਨਾ, ਵਿੱਚ ਨਾ ਬੋਲਿਓ ਵੀਰ, ਮੈਨੂੰ ਪਹਿਲਾਂ ਮੌਕਾ ਨਹੀਂ ਮਿਲਿਆ, ਦਰਬਾਰ ਸਾਹਿਬ 'ਤੇ ਹਮਲਾ ਕਰਨਾ, ਹਰਿਮੰਦਰ ਸਾਹਿਬ 'ਤੇ ਹਮਲਾ ਕਰਨਾ, ਸਿੱਖਾਂ ਨੂੰ ਕੁਚਲ ਕੇ ਪਹਿਲਾਂ ਸਿੱਖਾਂ ਤੋਂ ਆਰਟੀਫਿਸ਼ਲ ਹਿੰਦੂ ਬਹੁ ਗਿਣਤੀ ਨੂੰ ਖਤਰਾ ਪੈਦਾ ਕੀਤਾ ਆਰਟੀਫਿਸ਼ਲ ਆਈਬੁੱਟ ਸੇ, ਫਿਰ ਉਹਨਾਂ ਨੂੰ ਕੁਚਲ ਕੇ ਉਹਨਾਂ ਦੇ ਧਾਰਮਿਕ ਸਥਾਨ 'ਤੇ ਹਮਲਾ ਕਰਕੇ ਪੂਰੇ ਇੰਡੀਆ ਨੂੰ ਦੱਸਤਾ ਵੀ ਦੇਖੋ ਮੈਂ ਕਿੱਦਾਂ ਕੁਚਲ ਦਿੰਦੀ ਹਾਂ,
ਪਰ ਪ੍ਰਧਾਨਮੰਤਰੀ ਨੇ ਉਸ ਵੇਲੇ ਦੀ ਨੇ ਉਹਦਾ ਖਮਿਆਜ਼ਾ ਚਲੋ ਉਸ ਪ੍ਰਧਾਨਮੰਤਰੀ ਨੂੰ ਵੀ ਭੁਗਤਣਾ ਪਿਆ, ਸਿੱਖਾਂ ਨੂੰ ਤਾਂ ਭੁਗਤਣਾ ਹੀ ਪਿਆ। ਇਸੇ ਤਰ੍ਹਾਂ ਨਫ਼ਰਤ ਫੈਲਾ ਕੇ ਬਹੁਤ ਵੱਡੀ ਗਿਣਤੀ 'ਚ ਜਿੱਤ ਹਾਸਲ ਕੀਤੀ, ਪਰ ਹੌਲੀ ਹੌਲੀ ਭਾਰਤੀ ਜਨਤਾ ਪਾਰਟੀ ਜਿਹੜੀ ਆ ਇਹ ਮਰਜ ਹੋ ਗਈ, ਇਹ 'ਚ ਕਾਫ਼ੀ ਸੀਟਾਂ ਲੈ ਗਏ ਉਹਨਾਂ ਦੀਆਂ ਗਲਤੀਆਂ ਕਰਕੇ। ਪਰ ਇਸ ਵੇਲੇ ਜਿਹੜਾ ਸਭ ਤੋਂ ਵੱਧ ਫਿਰਕੂ ਨਫ਼ਰਤ ਫੈਲਾਉਣ ਵਾਲੀ ਹੈ, ਅਨਫਾਰਚੂਨੇਟਲੀ ਭੁੱਲਰ ਸਾਹਿਬ ਮੇਰੀ ਗੱਲ ਦਾ ਗੁੱਸਾ ਨਾ ਕਰਨ, ਇਹ ਭਾਰਤੀ ਜਨਤਾ ਪਾਰਟੀ ਹੈ, ਇਹ ਜਮਹੂਰੀਅਤ ਦੀ ਗੱਲ ਨਹੀਂ ਕਰ ਰਿਹਾ। ਮੁੱਖ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਗੱਲਾਂ ਦਾ ਕੜਾਹ ਬਣਾਉਣ ਵਿੱਚ ਇਹਨਾਂ ਨੇ PhD ਕੀਤੀ ਹੋਈ ਆ, ਸ਼ਬਦਾਂ ਦੇ ਜਾਲ ਵਿੱਚ ਇਹਨਾਂ ਨੇ 5 ਸਾਲ ਲੰਘਾਤੇ ਆ, ਤੇ ਸ਼ਬਦਾਂ ਦਾ ਜਾਲ ਹੀ ਹੁਣ ਜਮਹੂਰੀਅਤ ਦੀ ਗੱਲ ਕਰਕੇ ਕਰ ਰਹੇ ਆ। ਵਿੱਚ ਵੈਰੀ ਆ ਹੋ ਕੇ ਮੁਸਲਮਾਨਾਂ ਨੂੰ ਕੌਣ ਕਹਿੰਦਾ ਵੀ ਇੱਕ ਪਾਸੇ ਹੋ ਜਾਓ ਸਾਰੇ ਜਣੇ, ਅਸੀਂ ਨਹੀਂ ਕਿਹਾ ਇੱਕ ਪਾਸੇ ਕਹਿੰਦੇ, ਨਹੀਂ ਨਹੀਂ ਤੁਹਾਡੇ ਯੋਗੀ, ਤੁਹਾਡੇ ਯੋਗੀ ਕਹਿੰਦੇ ਨੇ ਹੋ ਜਾਓ ਸਾਨੂੰ ਲੀਡਰ ਕਹਿੰਦੇ ਨੇ, ਨਹੀਂ ਨਹੀਂ ਅੱਜ ਕੌਣ ਕਹਿੰਦਾ ਹੈ ਕਿ ਅਲੀ ਸਾਰੇ ਇੱਕ ਪਾਸੇ ਹੋ ਜਾਓ, ਤੁਸੀਂ ਇਹਨਾਂ ਲੀਡਰ ਕਹਿੰਦੇ ਨੇ। ਇੱਕ ਸਵਾਲ ਪੁੱਛਣਾ ਚਾਹੁੰਦਾ ਅੱਜ ਕੇਜਰੀਵਾਲ, ਮੈਂ ਇੱਕ ਸਵਾਲ ਪੁੱਛਣਾ ਹੋ ਗਿਆ ਮੁਸਲਮਾਨ ਮੁੱਖ ਮੰਤਰੀਆਂ ਤੇ ਤੁਸੀਂ ਮੁਕੱਦਮੇ ਦਰਜ ਕੀਤੇ ਆ, ਅਰਵਿੰਦ ਕੇਜਰੀਵਾਲ ਤੇ ਮੁਕੱਦਮੇ ਦਰਜ ਕੀਤੇ ਇਹਨਾਂ ਨੇ, ਡਿਪਟੀ ਮੈਨ ਵਾਸਤੇ ਮੁਕੱਦਮੇ ਦਰਜ ਕੀਤੇ ਹੋਏ ਨੇ ਦੋਨਾਂ ਪਾਰਟੀਆਂ। ਇੱਕ ਵਾਰ ਲੋਕਾਂ ਦੀ ਮੌਤ ਹੁੰਦੀ ਹੈ, ਲੋਕੀ ਲਾਈਨਾਂ 'ਚ ਖੜੇ ਹੁੰਦੇ ਨੇ, ਲੋਕਾਂ ਦੇ ਵਪਾਰ ਕੁਚਲੇ ਜਾਂਦੇ ਨੇ, ਸਾਨੂੰ ਤਕਲੀਫ ਉਸ ਗੱਲ ਤੇ ਹੁੰਦੀ ਹੈ ਤਾਂ ਅਸੀਂ ਆਵਾਜ਼ ਲੋਕਾਂ ਦੀ ਉਠਾਵਾਂਗੇ ਤੇ ਉਠਾਉਂਦੇ ਰਹਾਂਗੇ। ਅੱਜ ਜਿਸ ਤਰੀਕੇ ਨਾਲ ਇਹਨਾਂ ਨੇ ਪਵਨ ਬੰਸਲ ਔਰ ਸਾਰਿਆਂ ਦੇ ਨਾਮ ਲੈ ਕੇ ਜਿਸ ਤਰੀਕੇ ਨਾਲ ਉਹਨਾਂ ਨੂੰ ਚੋਰ ਕਿਹਾ ਹੈ, ਮਾਨਹਾਨੀ ਦਾ ਦਾਅਵਾ ਸਾਡੀ ਪਾਰਟੀ ਇਹਨਾਂ ਦੇ ਖਿਲਾਫ ਦਰਜ ਕਰੇਗੀ, ਕਾਇੰਡਲੀ ਇਸ ਕਾਪੀ ਰਿਪੋਰਟ ਦੇ ਦਈਏ ਜ਼ਰੂਰ ਸਾਨੂੰ। ਭੁੱਲਰ ਸਾਹਿਬ ਲਾਸਟ ਮਿੰਟ ਕੁਛ ਕਹਿਣਾ ਚਾਹੋਗੇ ਲਾਸਟ ਮਿੰਟ? ਦੇਖੋ ਇਸ ਤਰ੍ਹਾਂ ਜਮਹੂਰੀਅਤ ਦਾ ਸਭ ਤੋਂ ਜ਼ਿਆਦਾ ਕਤਲੇਆਮ ਅਗਰ ਕੀਤਾ ਹੈ ਤਾਂ ਉਹ ਕਾਂਗਰਸ ਨੇ ਕੀਤਾ ਹੈ। ਕਿਸੇ ਵੀ ਦੂਸਰੀ ਵਿਰੋਧੀ ਪਾਰਟੀ ਦੀ ਸਰਕਾਰ ਨੂੰ ਕਿਤੇ ਵੀ ਇਹਨਾਂ ਨੇ ਚੱਲਣ ਨਹੀਂ ਦਿੱਤਾ। ਅਗਰ ਮਿਲੀ ਜੁਲੀ ਸਰਕਾਰ ਕੋਈ ਆ ਵੀ ਗਈ ਸੀ ਉਹਨਾਂ ਨੂੰ ਦਿਨਾਂ 'ਚ ਇਹਨਾਂ ਨੇ ਤੋੜਿਆ, ਚਾਹੇ ਉਹ ਰਾਜੀਵ ਗਾਂਧੀ ਕਰਨਾਟਕ 'ਚ ਕੀ ਕੀਤਾ ਸੀ, ਕਰਨਾਟਕ 'ਚ ਕੀ ਕੀਤਾ ਤੁਸੀਂ ਗਵਰਨਰ ਦੇ ਉਹਦੇ ਉਹਨੂੰ ਅੱਧੇ ਨੂੰ ਤੁਸੀਂ ਇਸ ਤੋਂ ਪਹਿਲਾਂ ਭੁੱਲਰ ਸਾਹਿਬ ਨੇ ਥੋੜਾ ਪਲੀਜ਼ ਜਲਦੀ ਜਲਦੀ ਬੀਜੇਪੀ ਦੇ ਨੁਮਾਇੰਦੇ ਨੇ ਇਹਨਾਂ ਨੇ ਗੱਲ ਕੀਤੀ ਸੀ ਜਦੋਂ ਕਿਹਾ ਮੈਂ ਕਿ ਵੀ ਇਹ ਬੀਜੇਪੀ ਦਾ, ਤੇ ਇਹਨਾਂ ਕਹੇ ਰਾਹੁਲ ਗਾਂਧੀ ਜਦੋਂ ਮੈਂ ਕਿਹਾ ਕਿ ਉਹ ਮੋਦੀ ਸਾਹਿਬ ਜਿਹੜਾ ਹੈਗਾ ਉਹ ਉਸ ਤੋਂ ਬਾਅਦ ਆਪਣੇ ਨਾਮਜ਼ਦਗੀ ਤੋਂ ਬਾਅਦ ਉਹਨਾਂ ਨੇ ਉਹ ਦਿਖਾਇਆ ਆਪਣੇ ਉੱਥੇ ਆਰਤੀ ਕਰ ਰਹੇ ਨੇ, ਤੇ ਇਹਨਾਂ ਨੇ ਕਿਹਾ ਕਿ ਵੀ ਰਾਹੁਲ ਗਾਂਧੀ ਵੀ ਮੰਦਰਾਂ 'ਚ ਗਏ ਸੀ, ਤੇ ਇਹੀ ਤਾਂ ਮੈਂ ਗੱਲ ਕਰ ਰਿਹਾ ਹੈਗਾ ਵੀ ਆਪਸ ਦੇ ਵਿੱਚ ਇਹਨਾਂ ਦਾ ਕੰਪੀਟੀਸ਼ਨ ਹੈ, ਨਾ ਉਹ ਸਹੀ ਹੈ ਤੇ ਨਾ ਇਹ ਸਹੀ ਹੈ, ਨਫ਼ਰਤ ਦੀ ਰਾਜਨੀਤੀ ਵਿੱਚ ਜਮਹੂਰੀਅਤ ਨਹੀਂ ਜਿੱਤ ਸਕਦੀ। ਅੱਛਾ ਇਹਦੇ 'ਚ ਇੱਕ ਪੁਆਇੰਟ ਹੈ ਜਿਹੜਾ ਇੱਕ ਮੈਂ ਬਹੁਤ ਇੰਪੋਰਟੈਂਟ ਪੁਆਇੰਟ ਕਰ ਰਿਹਾ ਕਿ ਆਪਣੇ ਇਹਨਾਂ ਨੇ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਪ੍ਰਤੀਨਿਧ ਨੇ ਇਹਨਾਂ ਨੇ ਗੱਲ ਕੀਤੀ ਹੈ ਕਿ 1975 ਦੇ ਵਿੱਚ ਕਾਂਗਰਸ ਦੇ ਟਾਈਮ 'ਤੇ ਐਮਰਜੈਂਸੀ ਲੱਗੀ, ਉਹਦਾ ਘਾਣ ਹੋ ਗਿਆ ਜੀ ਜਮਹੂਰੀਅਤ ਦਾ। ਲੇਕਿਨ ਮੈਂ ਇੱਕ ਗੱਲ ਕਹਿੰਦਾ ਕਿ ਵਾਕਿਆ ਜਮਹੂਰੀਅਤ ਦਾ ਘਾਣ ਹੋਇਆ, ਲੇਕਿਨ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਦੋਂ ਬਾਅਦ ਚੋਣਾਂ ਵੀ ਹੋਈਆਂ ਇਸ ਮੁਲਕ ਦੇ ਵਿੱਚ, ਜਮਹੂਰੀਅਤ ਜਿਹੜੀ ਹੈਗੀ ਆ ਉਸ ਤੋਂ ਬਾਅਦ ਹੁਣ ਤੀਕਰ ਕਦੇ ਵੀ ਐਮਰਜੈਂਸੀ ਵਾਲਾ ਜਿਹੜਾ ਹੈ ਉਹ ਕੰਮ ਨਹੀਂ ਹੋਇਆ। ਹਾਲਾਂਕਿ ਅੱਜ ਕੱਲ੍ਹ ਇਹਨਾਂ ਦੇ ਵਿਰੋਧੀ ਮੋਦੀ ਜੀ ਦੇ ਵਿਰੋਧੀ ਕਹਿੰਦੇ ਆ ਕਿ ਅੰਨ ਅਲਾਣਿਆ ਆ ਇੱਕ ਐਮਰਜੈਂਸੀ ਹੈਗੀ ਹੈ, ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਜਮਹੂਰੀਅਤ ਹੈ ਇਹਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਨੇ, ਇਹਨਾਂ ਨੂੰ ਆਹਿਸਤਾ ਆਹਿਸਤਾ ਨਾ ਕੱਟੋ, ਕਿਤੇ ਸਮਾਂ ਇਹੋ ਜਿਹਾ ਨਾ ਆਵੇ ਕਿ ਅਸੀਂ ਇੱਕ ਇੱਕ ਡਿਕਟੇਟਰਸ਼ਿਪ ਵਾਲੇ ਪਾਸੇ ਨੂੰ ਨਾ ਚਲੇ ਜਾਈਏ। ਬਹੁਤ 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 ਇੰਪੋਰਟੈਂਟ ਪੁਆਇੰਟ ਹੈ, ਡਿਕਟੇਟਰਸ਼ਿਪ ਵਾਲਾ ਬਹੁਤ ਇੰਪੋਰਟੈਂਟ ਪੁਆਇੰਟ ਹੈ। ਇਹੋ ਜਿਹੀ ਸਿਆਸਤ ਨੂੰ ਮੁਲਕ 'ਚੋਂ ਬਾਹਰ ਹੋਣਾ ਚਾਹੀਦਾ, ਡਿਕਟੇਟਰਸ਼ਿਪ ਵਾਲੀ ਸਿਆਸਤ ਦਾ ਕੋਈ ਇੱਥੇ ਰਾਹ ਨਹੀਂ ਬਚਿਆ ਹੈਗਾ। ਰਣਜੀਤਾ ਮਹਿਤਾ ਤੁਹਾਡਾ ਬਹੁਤ ਧੰਨਵਾਦ, ਭੁੱਲਰ ਸਾਹਿਬ ਤੁਹਾਡਾ ਬਹੁਤ ਧੰਨਵਾਦ, ਜਗਤਾਰ ਸਿੰਘ ਜਿਹੜਾ ਤੁਹਾਡਾ ਬਹੁਤ ਧੰਨਵਾਦ, ਰਾਜੂ ਵਿਲੀਅਮ ਤੁਹਾਡਾ ਬਹੁਤ ਧੰਨਵਾਦ, ਕਿਵੇਂ ਜਿੱਤ ਗਏ ਜਮਹੂਰੀਅਤ? ਅਸੀਂ ਇਹ ਸਵਾਲ ਕੀਤਾ ਸੀ ਲੋਕਤੰਤਰ ਦੇ ਚਾਰੇ ਖੰਭੇ ਮਜ਼ਬੂਤ ਰਹਿਣਗੇ ਤਾਂ ਜਮਹੂਰੀਅਤ ਕਦੇ ਮਰ ਨਹੀਂ ਸਕਦੀ, ਜਮਹੂਰੀ ਜਿੱਤ ਹੀ ਰਹੇਗੀ, ਪਰ ਲੋਕਤੰਤਰ ਦੇ ਚਾਰੇ ਖੰਭੇ ਕਿੰਨੇ ਮਜ਼ਬੂਤ ਹੈਗੇ ਆ ਇਹ ਸੋਚਣ ਦਾ ਵਿਸ਼ਾ ਹੈਗਾ, ਅਤੇ ਤੁਸੀਂ ਆਪਣੇ ਵੋਟ ਦੇ ਨਾਲ ਇਸ ਸੋਚ ਨੂੰ ਅੱਗੇ ਵਧਾ ਸਕਦੇ ਹੋ। ਤੁਸੀਂ ਕੀ ਸੋਚਦੇ ਹੋ? ਕਿਉਂਕਿ ਇਹੋ ਜਿਹੀ ਬਿਆਨਬਾਜ਼ੀ ਹੁੰਦੀ ਰਹੇਗੀ, ਪਰ ਤੁਹਾਡਾ ਵੋਟ ਫੈਸਲਾ ਕਰੇਗਾ ਜਮਹੂਰੀ ਜਿੱਤੇਗੀ ਕਿਵੇਂ ਗਈ। ਅਤੇ ਜਮਹੂਰੀਅਤ ਜਿਤਾਉਣ ਦੇ ਲਈ ਘਰੋਂ ਬਾਹਰ ਨਿਕਲੋ ਅਤੇ ਵੋਟ ਪਾਓ, ਹਰ ਰਾਊਂਡ ਦੇ ਵਿੱਚ ਵੋਟਾਂ ਦੀ ਫੀਸਦ ਵਧਣਾ ਚਾਹੀਦਾ, ਹਾਲੇ ਪੋਲਿੰਗ ਡਾਊਨ ਜਾ ਰਹੀ ਹੈ। ਬਹੁਤ ਧੰਨਵਾਦ।